नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। अमृतसर के गांव जहांगीर में एक निहंग सिंह ने एक नौजवान का किया कत्ल। पुरानी रंजिश के चलते गत रात्रि इस वारदात को दिया अंजाम। तरन तारण पुलिस ने नाकाबंदी के दौरान 5 लोगों को किया गिरफ्तार। 6 पिस्तौल, 4,80,000 रुपयों की नकदी, 1 कार और 1 मोटरसाइकिल किया बरामद। जालंधर कमिश्नरेट पुलिस ने हेरोइन तस्करी करने वाली गिरोह का किया पर्दाफाश। 250 ग्राम हेरोइन सहित 4 आरोपियों को किया काबू। और अब हलचल विस्तार से। अमृतसर में कानून व्यवस्था बुरी तरह से डगमगाई हुई है और आए दिन कत्ल की वारदातें सामने आ रही हैं, जिसका ताज़ा मामला सामने आया है अमृतसर के वेरका ब्लॉक के अधीन आते गांव जहांगीर से, जहां एक निहंग सिंह व्यक्ति द्वारा एक नौजवान का कत्ल कर दिया गया। इस संबंध में जानकारी देते हुए गांववासियों ने बताया कि गत रात्रि निहंग सिंह द्वारा सुखदेव सिंह ने गांव में ही मलकीत सिंह नामक नौजवान के घर में घुसकर उसके साथ बुरे तरीके से मारपीट कर और तलवार से हमला कर उसे मौत के घाट उतार दिया। वहीं गांववासियों ने बताया कि इनकी पुरानी रंजिश चली आ रही थी, जिसके चलते गत रात्रि निहंग सिंह ने मलकीत सिंह का कत्ल कर दिया। तो वही पीड़ित परिवार की ओर से पुलिस प्रशासन से इंसाफ की गुहार लगाई गई है। इस मौके पर पहुंचे पुलिस अधिकारी अवतार सिंह ने कहा कि गांव में पुरानी रंजिश के चलते ये कत्ल किया गया है। फिलहाल पुलिस मामले की जांच कर रही है और पारिवारिक सदस्यों के बयान दर्ज करने के बाद बनती कार्रवाई की जाएगी। अमृतसर से हलचल के लिए सुनी फुसला की रिपोर्ट। मैं अमरीक सिंह, सरपंच, पिंड जहांगीर। जहांगीर च बहुत वड्डी घटना हुई अज जी, एक कत्ल होया ਜੋ ਵੀ ਬਹੁਤ ਮੰਦਭਾਗੀ ਗੱਲ ਆ, ਹੋਣਾ ਨਹੀਂ ਚਾਹੀਦਾ। ਘਰ 'ਚ ਬੜੀਆਂ ਗੱਲਾਂ ਪਤਾ ਹੋ ਜਾਂਦੀਆਂ, ਰੰਜਿਸ਼ ਹੁੰਦੀ ਆ, ਮਾੜੀ ਮੋਟੀ ਲੜਾਈਆਂ ਝਗੜੇ। ਰਾਈ ਨਵੇਂ ਬੜੀ ਵਾਰ ਕਰਵਾਇਆ ਸੀ ਇਹਦਾ, ਸੁਖਦੇਵ ਸਿੰਘ ਨਿਹੰਗ ਸਿੰਘ ਨੂੰ ਬੜੀ ਵਾਰ ਸਮਝਾਇਆ ਸੀ ਆਪਾਂ ਵੀ ਇਹੋ ਜਿਹੀ ਗੱਲ ਨਹੀਂ ਕਰਨੀ, ਕੋਈ ਗਲਤੀ ਵੀ ਨਾ ਕਰਿਓ। ਜੋ ਵੀ ਹੈਗਾ, ਜੋ ਵੀ ਉਹਦੇ ਮਨ 'ਚ ਪਤਾ ਨਹੀਂ ਕੀ ਆਇਆ, ਰਾਤੀ ਕੀ ਗੱਲ ਹੋਈ ਆ, ਅਤੇ ਉਹਨੇ ਬੜੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਵਾ। ਇੱਦਾਂ ਇਕੱਲਾ ਬੱਚਾ ਸੀ ਉਹਨਾਂ ਦਾ, ਅਤੇ ਅਸੀਂ ਤਾਂ ਬਹੁਤ ਦੁਖਦਾਈ ਘਟਨਾ ਸਵੇਰੇ ਸਾਨੂੰ ਪਤਾ ਲੱਗਾ, ਹੁਣ ਤਾਂ ਮੌਕੇ 'ਤੇ ਵੇਖਿਆ ਅਤੇ ਉਹਦੀ ਡੈਥ ਹੋ ਚੁੱਕੀ। ਕੋਈ ਰੰਜਿਸ਼ ਕੋਈ ਵੀ ਨਹੀਂ ਹੈਗੀ ਪਿੱਛੇ, ਮਾੜੀ ਮੋਟੀ ਤੁਹਾਨੂੰ ਪਤਾ ਹੀ ਹੈ ਕਿ ਗੱਲਬਾਤ, ਛੋਟਾ ਬੱਚਾ ਸੀ, ਹਾਈਟ ਛੋਟੀ ਸੀ, ਕੋਈ ਰੰਜਿਸ਼ ਨਹੀਂ। ਬੜੀ ਵਾਰ ਸਮਝਾਇਆ ਸੀ ਨਿਹੰਗ ਸਿੰਘ ਨੂੰ ਇਹ ਕੰਮ ਨਹੀਂ ਕਰਨਾ, ਪਰ ਹੁਣ ਕੀ ਪਤਾ ਉਹਦੇ ਕੀ ਮਨ 'ਚ ਚੱਲਦਾ ਸੀ ਵੀ ਮੈਂ ਕਦੋਂ ਵੈਰ ਲੈਣਾ, ਕੀ ਇਹਦੇ ਬਾਰੇ ਸਾਨੂੰ ਕੁਛ ਨਹੀਂ ਪਤਾ ਜੀ। ਨਾਲ ਹੀ ਰਹਿੰਦਾ ਸੀ ਇਹਨਾਂ ਦੇ? ਨਹੀਂ, ਨਾਲ ਹੀ ਰਹਿੰਦਾ, ਆਪਣਾ ਵੀ ਕੰਮ ਕਾਰ ਕਰਦਾ, ਵੀ ਦੇਡ ਕਰਦਾ ਜੀ। ਕੋਈ ਰਿਸ਼ਤਾ ਕੀ ਸੀ? ਰਿਸ਼ਤਾ ਕੋਈ ਵੀ ਨਹੀਂ, ਰਿਸ਼ਤਾ ਆਪਸ ਸਰੀਕਾ ਬਰਾਦਰੀ ਕੋਈ ਨਹੀਂ, ਉਦਾਂ ਪਿੰਡ 'ਚ ਰਹਿੰਦੇ ਇਕੱਠੇ ਬਸ, ਪਰ ਰਿਸ਼ਤਾ ਨਹੀਂ। ਕਹਿੰਦੇ ਨੇ ਵੀ ਰਾਤ ਜਿਵੇਂ ਗ੍ਰਿਲ ਦਰਵਾਜ਼ਾ ਤੋੜ ਕੇ ਅੰਦਰ ਆਇਆ ਤਾਂ ਸਾਰਾ ਪਰਿਵਾਰ, ਉਹ ਤਾਂ ਮੌਕਾ ਵੇਖਿਆ ਤੁਹਾਡੇ ਸਾਹਮਣੇ, ਮੀਡੀਆ ਨੇ ਮੌਕਾ ਵੇਖ ਰਿਹਾ ਸਾਰਾ ਜੀ, ਆਹ ਤੁਹਾਡੇ ਸਾਹਮਣੇ ਜੋ ਕੁਝ ਹੈਗਾ ਵਾ, ਉਹਦੇ ਪਰਿਵਾਰ ਵੀ ਦੱਸ ਰਿਹਾ, ਆਪਾਂ ਤਾਂ ਮੌਕੇ 'ਤੇ ਹੈ ਨਹੀਂ ਉਹ ਟਾਈਮ, ਅਸੀਂ ਤਾਂ ਤੁਹਾਡੇ ਸਾਰੇ ਕਹਿਣ 'ਤੇ ਦੱਸਾਂ ਅਤੇ ਸਵੇਰੇ ਮੈਨੂੰ ਫੋਨ ਗਿਆ ਸੀ ਇੱਥੇ ਆਏ ਹਾਂ, ਅਤੇ ਫਿਰ ਆਹ ਮੀਡੀਆ ਆਇਆ ਤਾਂ ਮੀਡੀਆ ਨੂੰ ਦੱਸ ਰਹੇ ਜੋ ਵੀ ਹੈਗਾ ਸੱਚਾ। ਠੀਕ ਹੈ। ਜੰਗ ਦੇ ਵਿੱਚ ਸਾਨੂੰ ਸੁਬਾਹ ਪਤਾ ਲੱਗਾ ਵਾ ਵੀ ਮਲਕੀਤ ਸਿੰਘ ਦਾ ਕਤਲ ਕਰਤਾ ਵਾ ਸੁਖਦੇਵ ਸਿੰਘ ਨੇ। ਅਸੀਂ ਮੌਕੇ 'ਤੇ ਪਹੁੰਚੇ ਹਾਂ, ਅੱਗੋਂ ਆਂਢੋ ਗੁਆਂਢੋਂ ਪਤਾ ਕੀਤਾ ਵਾ, ਕਹਿੰਦੇ ਵੀ ਇਹਨਾਂ ਦੀ ਪਹਿਲਾਂ ਰੰਜਿਸ਼ ਬਾਈ ਚੱਲਦੀ ਸੀਗੀ, ਇੱਕ ਨਾ ਇੱਕ ਦੂਜੇ ਨਾਲ ਗਾਲੀ ਗਲੋਚ ਕਰਦੇ ਸੀਗੇ, ਅਤੇ ਅੱਜ ਇਹ ਮਲਕੀਤ ਸਿੰਘ ਦਾ ਇਕੱਲਾ ਘਰ ਸੀਗੇ, ਅਤੇ ਇਹਨੇ ਮੌਕਾ ਵੇਖ ਕੇ ਅਤੇ ਇਹਦੇ ਆਣ ਕੇ ਰਾਤ ਮਾਰ ਕਟਾਈ ਕੀਤੀ ਆ, ਅਤੇ ਮਾਰ ਕਟਾਈ ਦੌਰਾਨ ਦੀ ਮੌਤ ਹੋ ਗਈ। ਹੁਣ ਕੀ ਕਾਰਵਾਈ, ਕੀ ਅਮਲ ਚੱਲਣ ਦੀ? ਸਰ ਤਪੀਸ ਚੱਲਣ ਡੀ ਆ, ਤਪੀਸ ਦੌਰਾਨ ਜੋ ਵੀ ਅੱਗੇ ਸਾਹਮਣੇ ਆਏਗਾ। ਕਿਹੜੇ ਥਾਣੇ? ਇਹ
ਥਾਣੇ ਕੰਬੋਦ ਦੀ ਅਜੇ ਤਾਂ ਮੁਕੱਦਮਾ ਦਰਜ ਕਰਕੇ ਬਿਆਨ ਲਿਖਾਉਣ ਲਈ ਭੇਜਿਆ ਗਿਆ ਵਾ, ਮੁਕੱਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਜਾਏਗੀ, ਜਲਦੀ ਤੋਂ ਜਲਦੀ ਇਹਨੂੰ ਗ੍ਰਿਫਤਾਰ ਕੀਤਾ ਜਾਏਗਾ। ਹਾਂਜੀ ਨਿਹੰਗ ਸਿੰਘ ਦੱਸਦੇ ਉਹ ਨਾਰਮਲੀ ਇਹਨਾਂ ਦੀ ਚੱਲਦੀ ਸੀਗੀ। ਤਰਨ ਤਾਰਨ ਪੁਲਿਸ ਨੇ ਅਲੱਗ ਅਲੱਗ ਨਾਕਾਬੰਦੀ ਕੇ ਦੌਰਾਨ 5 ਵਿਅਕਤੀਆਂ ਕੋ ਗ੍ਰਿਫਤਾਰ ਕਰੇ, 6 ਪਿਸਤੌਲ, 4,80,000 ਰੁਪਏ ਕੀ ਭਾਰਤੀ ਮੁਦਰਾ, 1 ਕਾਰ ਔਰ 1 ਮੋਟਰਸਾਈਕਲ ਜ਼ਬਤ ਕੀ। ਤੋ ਵਹੀਂ SSP ਗੌਰਵ ਤੂਰਾ ਨੇ ਇੱਕ ਪ੍ਰੈਸ ਕਾਨਫਰੰਸ ਮੇਂ ਬਤਾਇਆ ਕਿ ਪੁਲਿਸ ਨੇ ਇਹ ਬੜੀ ਸਫਲਤਾ 2 ਅਲੱਗ ਅਲੱਗ ਨਾਕਾਬੰਦੀਆਂ ਕੇ ਦੌਰਾਨ ਹਾਸਿਲ ਕੀ। ਉਨ੍ਹਾਂ ਬਤਾਇਆ ਕਿ ਪਹਿਲੀ ਕਾਰਵਾਈ ਮੇਂ ਤਰਨ ਤਾਰਨ CIA ਸਟਾਫ ਕੇ ਪ੍ਰਮੁੱਖ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਗਾਉਂ ਪਿੱਦੀ ਕੇ ਪਾਸ ਨਾਕਾਬੰਦੀ ਕੇ ਦੌਰਾਨ ਇੱਕ ਮੋਟਰਸਾਈਕਲ ਸਵਾਰ 3 ਵਿਅਕਤੀਆਂ ਕੋ ਬੜੀ ਮੁਸ਼ਕਿਲ ਸੇ ਕਾਬੂ ਕੀਆ। ਇਨ ਤਿੰਨੋਂ ਮੇਂ ਸੇ 2 ਪਿਸਤੌਲ ਬਰਾਮਦ ਕੀਏ ਗਏ। ਤੋ ਵਹੀਂ ਗ੍ਰਿਫਤਾਰ ਕੀਏ ਗਏ ਵਿਅਕਤੀਆਂ ਕੀ ਪਹਿਚਾਣ ਬਲਜਿੰਦਰ ਸਿੰਘ, ਪ੍ਰਿੰਸੀਪਲ ਸਿੰਘ ਔਰ ਮਨਪ੍ਰੀਤ ਸਿੰਘ ਕੇ ਰੂਪ ਮੇਂ ਹੋਈ ਹੈ। ਇਨਕੇ ਖਿਲਾਫ਼ ਮਾਮਲਾ ਦਰਜ ਕਰ ਇਨ੍ਹੇ ਤਰਨ ਤਾਰਨ ਕੀ ਅਦਾਲਤ ਮੇਂ ਪੇਸ਼ ਕੀਆ ਗਿਆ ਔਰ ਪੁਲਿਸ ਰਿਮਾਂਡ ਹਾਸਿਲ ਕੀਆ ਗਿਆ। ਤੋ ਵਹੀਂ ਦੂਸਰੀ ਨਾਕਾਬੰਦੀ ਮੇਂ ਗਾਂਵ ਕਲੇਰ ਕੇ ਪਾਸ ਇੱਕ ਤੇਜ਼ ਰਫ਼ਤਾਰ ਕਾਰ ਕੋ ਸੰਦੇਹ ਕੇ ਆਧਾਰ ਪਰ ਰੋਕਾ ਗਿਆ। ਵਹੀਂ ਕਾਰ ਮੇਂ ਸਵਾਰ 2 ਵਿਅਕਤੀਆਂ ਸੇ 4 ਪਿਸਤੌਲ ਔਰ 4,80,000 ਰੁਪਏ ਕੀ ਹਵਾਲੇ ਕੀ ਰਕਮ ਬਰਾਮਦ ਕੀ ਗਈ। ਇਨਕੇ ਖਿਲਾਫ਼ ਵੀ ਮਾਮਲਾ ਦਰਜ ਕਰ ਉਨ੍ਹੇ ਅਦਾਲਤ ਮੇਂ ਪੇਸ਼ ਕਰ ਪੁਲਿਸ ਰਿਮਾਂਡ ਲਿਆ ਗਿਆ ਹੈ। ਇਸ ਅਵਸਰ ਪਰ SPD ਜੈਰਾਜ ਸਿੰਘ ਔਰ CIA ਸਟਾਫ ਕੇ ਪ੍ਰਭਾਰੀ ਇੰਸਪੈਕਟਰ ਪ੍ਰਭਜੀਤ ਸਿੰਘ ਵੀ ਉਪਸਥਿਤ ਰਹੇ। ਇੱਕ ਖਾਸ ਨਾਕਾਬੰਦੀ ਦੌਰਾਨ ਕੁਛ ਬੰਦੇ ਰਾਊਂਡ ਅਪ ਕੀਤੇ ਗਏ ਹਨ। ਆ ਜਿਹੜਾ ਨਾਕਾਬੰਦੀ ਬੜੀ ਸਖ਼ਤ ਨਾਕਾਬੰਦੀ ਜਿਹੜੀ ਕੀਤੀ ਗਈ ਸੀ ਸ਼ੇਰੋਂ ਦੇ ਲਾਗੇ, ਜਿਹਦੇ ਵਿੱਚ ਇੱਕ ਚਿੱਟੇ ਰੰਗ ਦੀ ਜਿਹੜੀ ਸਵਿਫਟ ਗੱਡੀ ਬਹੁਤ ਤੇਜ਼ ਜਿਹੜੀ ਰਫ਼ਤਾਰ ਨਾਲ ਆ ਰਹੀ ਸੀਗੀ। ਇਮੀਡੀਏਟਲੀ ਉਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਜਿਹੜੇ ਬੰਦੇ ਡਰ ਗਏ ਸੀਗੇ, ਅਤੇ ਇਮੀਡੀਏਟਲੀ ਉਹਨਾਂ ਨੇ ਜਿਹੜੀ ਗੱਡੀ ਘੁਮਾਈ ਅਤੇ ਸਾਡੇ ਬੈਰੀਗੇਡ 'ਚ ਵੱਜੀ ਹੈ, ਜਿਹਦੇ ਨਾਲ ਸਵਿਫਟ ਗੱਡੀ ਨੂੰ ਨੁਕਸਾਨ ਵੀ ਹੋਇਆ, ਗੱਡੀ ਜਿਹੜੀ ਰੁਕ ਗਈ ਸੀ। ਇਮੀਡੀਏਟਲੀ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਭੱਜ ਕੇ ਜਿਹੜੇ ਗੱਡੀ ਜਿਹੜੇ ਬੰਦੇ ਉਹਨਾਂ ਨੂੰ ਬਾਹਰ ਕੱਢਿਆ ਹੈਗਾ ਅਤੇ ਉਹਨਾਂ ਦੀ ਸ਼ਨਾਖਤ ਕੀਤੀ ਹੈ, ਜਿਹਦੇ ਵਿੱਚ 2 ਬੰਦੇ ਜਿਹੜੇ ਹੈਗੇ ਆ ਉਹਨਾਂ ਨੇ ਆਪਣੀ ਜਿਹੜੀ ਪਛਾਣ ਹਰਪ੍ਰੀਤ ਸਿੰਘ ਉਰਫ ਹੈਪੀ, ਪੁੱਤਰ ਨਰਿੰਦਰ ਸਿੰਘ ਛਾਪਾ ਰਾਮ ਸਿੰਘ ਥਾਣਾ ਜੰਡਿਆਲਾ, ਅਤੇ ਲਵਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਬਾਸਰ ਕੇ ਥਾਣਾ ਖਾਲਰਾ, ਇਹ ਦੱਸੀ ਹੈਗੀ ਹੈ। ਇਹਨਾਂ ਦੀ ਜਿਹੜੀ ਆਪਾਂ ਜਿਹੜੀ ਤਲਾਸ਼ੀ ਲਈ ਹੈਗੀ ਹੈ, ਤਲਾਸ਼ੀ ਦੌਰਾਨ ਇਹਨਾਂ ਕੋਲੋਂ ਅਤੇ ਜਿਹੜੀ ਗੱਡੀ ਦੇ ਵਿੱਚ ਟੋਟਲ ਜਿਹੜੇ 4 ਜਿਹੜੀ ਆਸਟਰੀਅਨ ਮੇਡ ਗਲੋਕ 19 ਪਿਸਟਲਸ ਸਮੇਤ 4 ਮੈਗਜ਼ੀਨ ਅਤੇ 7 ਰਾਊਂਡ ਜਿਹੜੇ ਰਿਕਵਰ ਹੋਏ ਹਨ, ਅਤੇ 4,80,000 ਰੁਪਏ ਜਿਹੜੀ ਡਰੱਗ ਮਨੀ ਜਾਂ ਹਵਾਲਾ ਮਨੀ ਜਿਹੜੀ ਹੈਗੀ ਹੈ ਇਹਨਾਂ ਕੋਲੋਂ ਜਿਹੜੀ ਰਿਕਵਰ ਹੋਈ ਹੈ। ਮੁੱਢਲੀ ਜਿਹੜੀ ਪੁੱਛਗਿੱਛ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਹਰਪ੍ਰੀਤ ਸਿੰਘ ਹੈਪੀ ਹੈਗਾ, ਪਹਿਲਾਂ ਵੀ ਇਹ ਜਿਹੜੀ ਕੰਸਾਈਨਮੈਂਟ ਜਿਹੜੀ ਇਹ ਚੱਕਦਾ ਰਿਹਾ ਹੈਗਾ, ਅਤੇ ਅੱਗੇ ਜਿਹੜੇ ਮਾੜੇ ਅੰਸਰਾਂ ਨੂੰ ਇਹਨਾਂ ਨੇ ਜਿਹੜੀ ਸਪਲਾਈ ਵੀ ਕੀਤੀ ਹੈਗੀ ਹੈ। ਜਿਹੜਾ ਹਰਪ੍ਰੀਤ ਸਿੰਘ ਇਹਦੇ 'ਤੇ ਪਹਿਲਾਂ ਵੀ ਜਿਹੜੇ 2 ਮੁਕੱਦਮੇ ਦਰਜ ਹਨ, ਜਿਹੜਾ ਹਰਪ੍ਰੀਤ ਉਹਦੀ ਇੱਕ ਡਕੈਤੀ ਦਾ ਮੁਕੱਦਮਾ ਗਿੱਦੜਵਾਹੇ 'ਚ ਸੀਗਾ, ਜਿਹਦੇ ਦੌਰਾਨ ਇਹਦੀ ਜਿਹੜੀ ਜੇਲ੍ਹ 'ਚ ਰਿਹਾ ਹੈਗਾ ਇਹ ਜਿਹੜਾ ਫਰੀਦਕੋਟ ਜੇਲ੍ਹ, ਉੱਥੇ ਜਿਹੜੇ ਇਹਦੇ ਕੁਛ ਕੰਟੈਕਟਸ ਬਣੇ ਹੈ ਕ੍ਰਿਮੀਨਲਸ ਨਾਲ, ਅਤੇ ਜਦੋਂ ਜਮਾਨਤ 'ਤੇ ਬਾਹਰ ਆਇਆ ਹੈਗਾ ਮੁੜ ਕੇ ਇਹਦਾ ਟੱਚ ਕੋਈ ਪਾਕਿਸਤਾਨੀ ਬੇਸਡ ਜਿਹੜੀ ਐਂਟੀਟੀ ਨਾਲ ਵੀ ਇਹਦਾ ਟੱਚ ਹੋਇਆ, ਅਤੇ ਜਿਹੜੇ ਇਹ ਆਸਟ੍ਰੀਅਨ ਮੇਡ ਗਲੋਕ ਪਿਸਟਲਸ ਹੈਗੇ ਆ, ਇਹ ਸਾਨੂੰ ਲੱਗਦਾ ਹੈ ਵਾਇਆ ਡਰੋਨ ਸੀ ਜਿਹੜੇ ਇਹ ਵਤਾਰ ਕੰਸਾਈਨਮੈਂਟ ਆਏ ਹਨ, ਅਤੇ ਜਿਹੜੇ ਇਹਨਾਂ ਦਾ ਜਿਹੜਾ ਇਰਾਦਾ ਸੀਗਾ ਕਿ ਕੋਈ ਇਹ ਜਿਹੜੇ ਬੜੇ ਸੋਫਿਸਟੀਕੇਟਡ ਵੈਪਨਸ ਹੈ ਇਹਦੇ ਥਰੂ ਕੋਈ ਜਿਹੜੀ ਵੱਡੀ ਜਿਹੜੀ ਵਾਰਦਾਤ ਉਹਨੂੰ ਵੀ ਅੰਜਾਮ ਦੇਣੇ ਸੀਗੇ।
ਪੁਲਿਸ ਕਮਿਸ਼ਨਰ ਜਲੰਧਰ ਨੇ 250 ਗ੍ਰਾਮ ਹੈਰੋਇਨ ਸਹਿਤ 4 ਤਸਕਰੋਂ ਕੋ ਗ੍ਰਿਫਤਾਰ ਕਰ ਇੱਕ ਹੈਰੋਇਨ ਤਸਕਰੀ ਕਰਨੇ ਵਾਲੀ ਗਿਰੋਹ ਕਾ ਪਰਦਾਫਾਸ਼ ਕੀਆ ਹੈ। ਤੋ ਵਹੀਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਾਣਕਾਰੀ ਦੇਤੇ ਹੋਏ ਬਤਾਇਆ ਕਿ ਪੁਲਿਸ ਕੋ ਸੂਚਨਾ ਮਿਲੀ ਥੀ ਕਿ ਸ਼ਹਿਰ ਮੇਂ ਇੱਕ ਗਿਰੋਹ ਹੈਰੋਇਨ ਕੀ ਤਸਕਰੀ ਕਰ ਰਹਾ ਹੈ, ਜਿਸਕੇ ਬਾਅਦ ਹਰਨਾਮਦਾਸਪੁਰਾ ਕੇ ਪਾਸ ਵਾਈ ਪੁਆਇੰਟ ਕੇ ਨਜ਼ਦੀਕ ਜਾਲ ਵਿਛਾਇਆ ਗਿਆ, ਜਹਾਂ ਇੱਕ ਯੁਵਕ ਸਨੀ ਨਿਵਾਸੀ ਗੀਤਾ ਕਲੋਨੀ ਕੋ ਦੇਖਾ ਗਿਆ। ਪੁਲਿਸ ਨੇ ਸੰਦੇਹ ਹੋਣੇ ਪਰ ਯੁਵਕ ਕੋ ਰੋਕਾ ਔਰ ਉਸਕੀ ਤਲਾਸ਼ੀ ਲੀ, ਜਿਸਸੇ 100 ਗ੍ਰਾਮ ਹੈਰੋਇਨ ਬਰਾਮਦ ਹੋਈ, ਜਿਸਕੇ ਬਾਅਦ ਥਾਣਾ ਡਿਵੀਜ਼ਨ ਨੰਬਰ 2 ਜਲੰਧਰ ਮੇਂ NDPS ਐਕਟ ਕੇ ਤਹਿਤ ਮਾਮਲਾ ਦਰਜ ਕੀਆ ਗਿਆ। ਵਹੀਂ ਜਾਂਚ ਕੇ ਦੌਰਾਨ 3 ਔਰ ਲੋਗੋ ਕੇ ਨਾਮ ਸਾਹਮਣੇ ਆਏ, ਜਿਸਮੇਂ ਹਨੀ ਕਲਿਆਣ, ਮਨੀ ਸਭਰਵਾਲ ਔਰ ਨੀਰਜ ਸ਼ਾਮਿਲ ਹੈ। ਪੁਲਿਸ ਨੇ ਤਿੰਨੋਂ ਕੋ ਵੀ ਗ੍ਰਿਫਤਾਰ ਕਰ ਲਿਆ। ਹਨੀ ਕਲਿਆਣ ਸੇ 100 ਗ੍ਰਾਮ ਹੈਰੋਇਨ ਔਰ ਮਨੀ ਸਭਰਵਾਲ ਸੇ 50 ਗ੍ਰਾਮ ਹੈਰੋਇਨ ਬਰਾਮਦ ਕੀ ਗਈ। ਵਹੀਂ ਉਹਨਾਂ ਨੇ ਬਤਾਇਆ ਕਿ ਸਨੀ ਔਰ ਹਨੀ ਕੇ ਖਿਲਾਫ਼ ਪਹਿਲੇ ਸੇ 2 ਮਾਮਲੇ ਲੰਬਿਤ ਹੈ, ਜਬਕਿ ਮਨੀ ਕੇ ਖਿਲਾਫ਼ 4 ਕੇਸ ਦਰਜ ਹੈ। ਵਹੀ ਨੀਰਜ ਕੇ ਖਿਲਾਫ਼ ਕੋਈ ਅਪਰਾਧਿਕ ਰਿਕਾਰਡ ਨਹੀਂ ਪਾਇਆ ਗਿਆ। ਫਿਲਹਾਲ ਮਾਮਲੇ ਕੀ ਆਗੇ ਕੀ ਜਾਂਚ ਕੀ ਜਾ ਰਹੀ ਹੈ। ਜਲੰਧਰ ਸੇ ਹਲਚਲ ਕੇ ਲਈ ਕੈਮਰਾਮੈਨ ਰਜਨੀਸ਼ ਸ਼ਰਮਾ ਕੀ ਰਿਪੋਰਟ। ਸਾਡੇ ਕਮਿਸ਼ਨਰ ਪੁਲਿਸ ਦੀ ਪੁਲਿਸ ਨੇ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਅਗਵਾਈ ਦੇ ਹੇਠ ਮਾਨਯੋਗ CP ਸਾਹਿਬ ਦੇ ਹੁਕਮਾਂ ਦੇ ਅਨੁਸਾਰ ਜਿਹੜੀ ਆਪਣੀ ਪਾਰਟੀ ਨਾਕਾਬੰਦੀ ਕੀਤੀ, ਉਸ ਦੌਰਾਨ ਜਿਹੜੀ ਕਿ ਸਾਨੂੰ 4 ਬੰਦੀ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਕੋਲ 250 ਗ੍ਰਾਮ ਹੀਰੋਇਨ ਰਿਕਵਰ ਹੋਈ ਹੈ, ਅਤੇ ਉਹਨਾਂ ਦੇ ਅੱਗੇ ਫਰਦਰ ਜਿਹੜੀ ਹੈ ਸਾਡੀ ਇਨਵੈਸਟੀਗੇਸ਼ਨ ਚੱਲ। ਸਰ, ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ? ਹਾਂਜੀ ਹਾਂਜੀ, ਇਹਨਾਂ ਦੇ ਖਿਲਾਫ਼ ਜਿਹੜੇ ਹੈਬਿਚੁਅਲ ਅਫੈਂਡਰ ਨੇ, ਤਿੰਨਾਂ ਦੋਸ਼ੀਆਂ ਦੇ ਖਿਲਾਫ਼ ਆਲਰੇਡੀ ਕਈ ਮੁਕੱਦਮੇ ਦਰਜ ਹੈ, ਅਤੇ ਇਸ ਲਈ ਬਰੀਕੀ ਨਾਲ ਪੁੱਛੀ ਦਿੱਤੀ ਜਾ ਰਹੀ ਹੈ। ਇਹਨਾਂ ਕੋਈ ਰਿਮਾਂਡ ਵੀ ਲਿਆ ਗਿਆ ਜੀ? ਹਾਂਜੀ, ਇਹਨਾਂ ਦਾ ਰਿਮਾਂਡ ਕੋਰਟ 'ਚੋਂ ਹਾਸਲ ਕਰਕੇ, ਅਤੇ ਇਹਨਾਂ ਦੀ ਬੈਕਵਰਡ ਫਾਰਵਰਡ ਲਿੰਕ ਦੇਖਾਂਗੇ, ਕਿੱਥੋਂ ਮਾਲ ਲੈ ਕੇ ਕਿਹੜੇ ਸਪਲਾਇਰ ਨੇ, ਉਹ ਸਾਰਾ ਪਤਾ ਕਰਨਾ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੀ ਔਰ ਸੇ ਨਈ ਪਹਿਲਕਦਮੀ ਕਰਦੇ ਹੋਏ, ਜਿਨ ਲੋਕੋ ਕੇ ਮੋਬਾਈਲ ਖੋ ਜਾਤੇ ਥੇ ਜਾਂ ਜਿਨਕੇ ਮੋਬਾਈਲ ਲੂਟ ਜਾਂ ਚੋਰੀ ਕਰ ਲੀਏ ਜਾਤੇ ਥੇ, ਪੁਲਿਸ ਕਮਿਸ਼ਨਰ ਕੀ ਔਰ ਸੇ ਐਸੇ 78 ਕੇ ਕਰੀਬ ਮੋਬਾਈਲ ਫੋਨ ਰਿਕਵਰ ਕਰ ਪਹਿਚਾਣ ਕਰ ਉਨਕੇ ਮਾਲਿਕੋ ਕੇ ਹਵਾਲੇ ਕੀਆ ਗਿਆ। ਇਸ ਅਵਸਰ ਪਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਬਤਾਇਆ ਕਿ ADCP ਹਰਕਮਲ ਕੌਰ, ACP ਸਾਈਬਰ ਕ੍ਰਾਈਮ ਵਿਜੇ ਕੁਮਾਰ ਕੀ ਦਿਸ਼ਾ ਨਿਰਦੇਸ਼ੋਂ ਪਰ ਥਾਣਾ ਸਾਈਬਰ ਕ੍ਰਾਈਮ ਕੇ ਇੰਸਪੈਕਟਰ ਰਾਜਪ੍ਰੀਤ ਕੌਰ ਨੇ ਆਪਣੇ ਸਾਥੀ ਕਰਮਚਾਰੀਓਂ ਕੇ ਸਾਥ ਮਿਲਕਰ ਇਹ ਮੋਬਾਈਲ ਫੋਨ ਟਰੇਸ ਕੀਏ। ਉਹਨਾਂ ਨੇ ਬਤਾਇਆ ਕਿ ਅੰਮ੍ਰਿਤਸਰ ਕੇ 3 ਜ਼ੋਨੋਂ ਕੇ ਸਾਂਝ ਕੇਂਦਰੋਂ ਔਰ ਥਾਣਾ ਸਾਈਬਰ ਕ੍ਰਾਈਮ ਕੇ ਪਾਸ ਪਬਲਿਕ ਨੇ ਮੋਬਾਈਲ ਫੋਨ ਚੋਰੀ ਔਰ ਗੁੰਮ ਹੋਣੇ ਕੀ ਰਿਪੋਰਟ ਦਰਜ ਕਰਵਾਈ ਥੀ, ਜਿਸਕੀ ਤਕਨੀਕੀ ਢੰਗ ਸੇ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕ੍ਰਾਈਮ ਅੰਮ੍ਰਿਤਸਰ ਸਿਟੀ ਦੁਆਰਾ 2 ਮਹੀਨੋਂ ਕੇ ਦੌਰਾਨ ਕੁੱਲ 78 ਮੋਬਾਈਲ ਫੋਨ ਢੂੰਡ ਕਰ ਉਨਕੇ ਅਸਲੀ ਮਾਲਿਕੋਂ ਕੇ ਹਵਾਲੇ ਕੀਏ ਹਨ। ਉਹਨੇ ਜਨਤਾ ਸੇ ਅਪੀਲ ਕੀ ਹੈ ਕਿ ਜਬ ਵੀ ਕਿਸੀ ਕਾ ਮੋਬਾਈਲ ਗੁੰਮ ਹੋ ਜਾਤਾ ਹੈ ਤੋ ਤੁਰੰਤ ਨਜ਼ਦੀਕੀ ਥਾਣੇ ਮੇਂ ਬਨੇ ਸਾਂਝ ਕੇਂਦਰ ਜਾਂ CIER ਪੋਰਟਲ ਪਰ ਮਿਸਿੰਗ ਰਿਪੋਰਟ ਦਰਜ ਕਰਵਾਈ ਜਾਏ, ਤਾਂ ਕਿ ਮੋਬਾਈਲ ਫੋਨ ਕੋਈ ਸ਼ਰਾਰਤੀ ਤੱਤਵ ਮਿਸਯੂਜ਼ ਨਾ ਕਰ ਸਕੇ। ਅੰਮ੍ਰਿਤਸਰ ਸੇ ਹਲਚਲ ਕੇ ਲਈ ਸੁਨੀਲ ਖੋਸਰਾ ਕੀ ਰਿਪੋਰਟ। ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਾਡੇ ਸਾਈਬਰ ਸੈੱਲ ਦੇ ਇੰਚਾਰਜ ਇੰਸਪੈਕਟਰ ਰਾਜਵੀਰ ਕੌਰ ਨੇ, ਉਹਨਾਂ ਨੇ ਸ਼੍ਰੀਮਤੀ ਹਰਕਮਲ ਕੌਰ ADCP ਹੈੱਡਕੁਆਟਰ, ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ, ਅਤੇ ਸ਼੍ਰੀ ਮੰਡੇਰ ਸਾਹਿਬ ਸਾਡੇ DCP ਇਨਵੈਸਟੀਗੇਸ਼ਨ ਨੇ, ਇਹਨਾਂ ਦੀ ਨਿਗਰਾਨੀ ਹੇਠ ਉਹਨਾਂ ਨੇ ਕੰਮ ਕਰਕੇ ਕਰੀਬ 78 ਮੋਬਾਈਲਸ ਜਿਹੜੇ ਕਿ ਲੋਕਾਂ ਦੇ ਗੁੰਮੇ ਸੀਗੇ ਜਾਂ ਇੱਧਰ ਉੱਧਰ ਹੋਏ ਸੀਗੇ, ਉਹ ਸਾਰੇ ਟਰੇਸ ਕਰਕੇ ਬੜਾ ਵਧੀਆ ਉਹਨੇ ਡੈਡੀਕੇਸ਼ਨ ਨਾਲ ਮਿਹਨਤ ਨਾਲ ਕੰਮ ਕਰਕੇ ਇੱਕ ਚੰਗਾ ਕੰਮ ਕੀਤਾ, ਅਤੇ ਅੱਜ ਅਸੀਂ ਉਹ ਸਾਰੇ ਜਿਹੜੇ ਮੋਬਾਈਲਸ ਨੇ ਉਹ ਜਿਨ੍ਹਾਂ ਜਿਨ੍ਹਾਂ ਦੇ ਮੋਬਾਈਲ ਆ ਉਹਨਾਂ ਨੂੰ ਵਾਪਸ ਹੈਂਡਓਵਰ ਕਰ ਰਹੇ ਹਾਂ ਜੀ। ਸਾਡੇ ਕੋਲ ਕਮਿਸ਼ਨਰੇਟ ਅੰਮ੍ਰਿਤਸਰ ਦੇ
ਕਮਿਸ਼ਨ ਦਾ। ਕੰਪਲੇਂਟਾਂ ਸਮੇਂ ਸਮੇਂ ਮੁਤਾਬਕ ਆਉਂਦੀਆਂ ਨੇ, ਗਿਣਤੀ ਵੱਧਦੀ ਰਹਿੰਦੀ ਆ, ਪਰ ਇਹ 78 ਜਿਹੜੇ ਹੈਗੇ ਸੀਗੇ ਇਹ ਕੰਪੈਰੇਟਿਵਲੀ ਜਿੰਨੇ ਵੀ ਜੋ ਟਰੇਸ ਹੋ ਪਾਏ ਨੇ ਉਹ ਟਰੇਸ ਕਰਕੇ ਅਸੀਂ ਵਾਪਸ ਕਰ ਰਹੇ ਹਾਂ। ਜਿਹੜੀਆਂ ਬਾਕੀਆਂ ਸ਼ਿਕਾਇਤਾਂ ਨੇ ਉਹ ਆਲਰੇਡੀ ਦਰਜ ਨੇ, ਉਹਨਾਂ 'ਤੇ ਸਾਡਾ ਜਿਹੜਾ ਸਾਈਬਰ ਵਿੰਗ ਆ। ਇਹ ਚੋਰੀ ਹੋਈ ਸੀ ਜੀ, ਇਹ ਚੋਰੀ ਹੋਏ ਸੀ। ਸਾਡਾ ਜਦੋਂ ਤੋਂ ਥਾਣਾ ਸਾਈਬਰ ਸੈੱਲ ਬਣਿਆ ਉਹਦੇ ਅਸੀਂ ਇੰਡੀਪੈਂਡੈਂਟ SHO ਆ ਜਿਹੜੇ ਇੰਸਪੈਕਟਰ ਰਾਜਵੀਰ ਕੌਰ ਨੇ ਉਹ ਲਾਏ ਨੇ, ਸਾਈਬਰ ਸੈੱਲ ਦੀਆਂ ਇਨਵੈਸਟੀਗੇਸ਼ਨ ਜਾਂ ਤਫਤੀਸ਼ਾਂ ਨੇ ਉਹ ਸਾਰਾ ਜਿਹੜਾ ਬਾਕੀ ਦੀ ਪੁਲਿਸਿੰਗ ਨਾਲੋਂ ਡਿਫਰੈਂਟ ਹੋਇਆ। ਉਹਦੇ 'ਚ ਬੜੇ ਟ੍ਰੇਨਡ ਜਿਹੜੇ ਸਾਡੇ ਜਿਹੜੇ ਕਰਮਚਾਰੀ ਜਿਹੜੇ ਕਿ ਇਸ ਕ੍ਰਾਈਮ ਨੂੰ ਡਿਟੈਕਟ ਕਰਨ ਦੇ ਮਾਹਰ ਨੇ, ਉਹਨਾਂ ਨੂੰ ਲਾ ਕੇ ਉਹਨਾਂ ਦੇ ਰਾਹੀਂ ਜਿਹੜੇ ਸਾਰੇ ਸਾਈਬਰ ਸੈੱਲਾਂ ਦੀ ਜਿਹੜੀ ਤਫਤੀਸ਼ ਕੀਤੀ, ਸਾਈਬਰ ਸੈੱਲ ਵੱਲੋਂ ਤਫਤੀਸ਼ ਕੀਤੀ ਗਈ ਆ। ਉਸ ਤਫਤੀਸ਼ ਦੇ ਦੌਰਾਨ ਹੀ ਜਿਹੜੇ ਸਾਰੇ ਇਹ ਜਿਹੜੇ ਸਾਈਬਰ ਜਿਹੜੇ ਮੋਬਾਈਲ ਨੇ ਇਹ ਸਾਰੇ ਰਿਕਵਰ ਹੋਏ। ਕਿੰਨੀ ਦੇਰ ਦੇ ਸਰ ਸਾਰੇ ਟਰੇਸ ਹੈਗੇ ਆ, ਮਤਲਬ ਕਿ ਕਿੰਨੀ ਦੇਰ 'ਚ ਇਹ ਐਗਜੈਕਟਲੀ, ਮਤਲਬ ਜਦੋਂ ਤੋਂ ਵੀ ਸਮੇਂ ਤੋਂ ਹੈਗਾ, ਹੋਪਫੁਲੀ ਇਹ ਪਿਛਲੇ 5-7 ਮਹੀਨੇ ਦੀਆਂ ਹੈਗੀਆਂ ਨੇ। 5-7 ਮਹੀਨੇ ਦੇ ਵਿੱਚ ਜਿੰਨੀਆਂ ਵੀ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਅਸੀਂ ਜੋ ਪ੍ਰੋਸੈਸ ਹੁੰਦਾ ਗਾ ਉਸ ਦੇ ਤਹਿਤ ਟੈਕਨੀਕਲੀ ਐਗਜ਼ਾਮਿਨ ਕਰਕੇ ਇਹਨਾਂ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ, ਮਿਸਿੰਗ ਮੋਬਾਈਲ ਜਿਹੜੇ ਨੇ ਉਹ ਤੇ ਟਰੇਸ ਹੋ ਜਾਂਦੇ ਨੇ, ਜਿਹੜੇ ਹੋਰ ਸਾਈਬਰ ਕ੍ਰਾਈਮ ਹੋ ਰਹੇ ਨੇ ਉਹਨਾਂ ਵਾਸਤੇ ਪੁਲਿਸ ਕੀ ਕਰ ਰਹੀ ਹੈ ਸਰ? ਉਹ ਵੀ ਠੱਗੀਆਂ ਹੋ ਰਹੀਆਂ ਨੇ, ਆਨਲਾਈਨ ਠੱਗੀਆਂ ਜਾਂ ਉਹਦੇ ਬਾਰੇ ਵੀ ਲਗਾਤਾਰ ਆ ਜਿਹੜੀ ਉਹ ਇਨਵੈਸਟੀਗੇਸ਼ਨ ਜਾਰੀ ਆ। ਉਹ ਇਨਵੈਸਟੀਗੇਸ਼ਨ ਦੌਰਾਨ ਕਈ ਬੰਦੇ ਆਈਡੈਂਟੀਫਾਈ ਕਰਕੇ ਉਹਨਾਂ ਦੇ ਪੈਸੇ ਉੱਥੇ ਫਰੀਜ਼ ਕਰਕੇ ਉਹਨਾਂ ਦੇ ਖਿਲਾਫ਼ ਜੋ ਕਾਨੂੰਨੀ ਕਾਰਵਾਈ ਆ ਕਰਕੇ ਉਹ ਸਾਰਾ ਜੋ ਪ੍ਰੋਸੀਜਰਲ ਤਰੀਕਾ ਉਹ ਅਖਤਿਆਰ ਕਰਕੇ ਸਾਰੀ ਤਫਤੀਸ਼ ਕੀਤੀ ਜਾਂਦੀ ਆ। ਅੰਮ੍ਰਿਤਸਰ ਮੇਂ ਵਾਲਮੀਕਿ ਸਮਾਜ ਵ ਅਨਿਯ ਸੰਗਠਨੋਂ ਕੇ ਨੇਤਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਕੋ ਮਿਲਨੇ ਕੇ ਲੀਏ ਪਹੁੰਚੇ। ਇਸ ਦੌਰਾਨ ਉਨ੍ਹੋਂਨੇ ਕਿਹਾ ਕਿ ਪਿਛਲੇ ਕਈ ਦਿਨੋਂ ਸੇ ਥਾਣਾ ਵੇਰਕਾ ਮੇਂ ਜੋ ਮਾਮਲੇ ਦਰਜ ਕੀਏ ਗਏ ਹੈ ਉਨ੍ਹੇ ਲੇਕਰ ਥਾਣਾ ਵੇਰਕਾ ਕੇ SHO ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀ ਜਾ ਰਹੀ, ਜਿਸ ਸੰਬੰਧ ਮੇਂ ਵੇ ਪੁਲਿਸ ਕਮਿਸ਼ਨਰ ਸੇ ਮਿਲਨੇ ਕੇ ਲੀਏ ਪਹੁੰਚੇ ਹੈ। ਉਨ੍ਹੋਂਨੇ ਬਤਾਇਆ ਕਿ ਗਤ ਦਿਨੋਂ ਇੱਕ ਲੜਕੀ ਜੋ ਕਿ ਆਪਣੇ ਮਾਇਕੇ ਘਰ ਰਹਿ ਰਹੀ ਹੈ, ਉਸਕੇ ਸਸੁਰਾਲ ਪਰਿਵਾਰ ਮੇਂ ਲੜਕੀ ਕੇ ਘਰ ਮੇਂ ਘੁਸਕਰ ਹਮਲਾ ਕੀਆ ਔਰ ਉਸੇ ਜ਼ਖਮੀ ਕਰ ਦਿਆ, ਜਿਸਕੀ ਸ਼ਿਕਾਇਤ ਥਾਣਾ ਵੇਰਕਾ ਕੇ SHO ਕੋ ਦਰਜ ਕਰਵਾਈ ਗਈ ਹੈ, ਲੇਕਿਨ ਪੁਲਿਸ ਦੁਆਰਾ ਕੋਈ ਕਾਰਵਾਈ ਨਹੀਂ ਕੀ ਗਈ। ਉਨ੍ਹੋਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਕੀ ਔਰ ਸੇ ਇੱਕ ਚਿੱਠੀ ਵੀ SHO ਵੇਰਕਾ ਕੋ ਜਾਰੀ ਕੀ ਗਈ ਥੀ, ਲੇਕਿਨ ਉਸ ਪਰ ਵੀ SHO ਦੁਆਰਾ ਕੋਈ ਕਾਰਵਾਈ ਨਹੀਂ ਕੀ ਗਈ। ਉਨ੍ਹੋਂ ਨੇ ਕਿਹਾ ਕਿ ਗਤ ਦਿਨੋਂ ਇੱਕ ਨਸ਼ਾ ਤਸਕਰ ਕੋ ਵੀ ਥਾਣਾ ਵੇਰਕਾ ਮੇਂ ਪਕੜਵਾਇਆ ਗਿਆ ਥਾ, ਲੇਕਿਨ ਬਾਅਦ ਮੇਂ SHO ਥਾਣਾ ਵੇਰਕਾ ਦੁਆਰਾ ਉਸੇ ਛੋੜ ਦਿਆ ਗਿਆ। ਉਨ੍ਹੋਂ ਨੇ ਕਿਹਾ ਕਿ ਇੱਕ ਵੀਡੀਓ ਵੀ ਵਾਇਰਲ ਹੋਈ ਹੈ, ਜਿਸ ਮੇਂ ਸਾਫ਼ ਦਿਖਾਈ ਦੇ ਰਿਹਾ ਹੈ ਕਿ SHO ਵੇਰਕਾ ਦੁਆਰਾ ਨਸ਼ਾ ਤਸਕਰ ਸੇ ਪੈਸੇ ਲੇਕਰ ਉਸੇ ਛੋੜ ਦਿਆ ਗਿਆ, ਜਿਸਕੇ ਚਲਤੇ ਵੇ ਪੁਲਿਸ ਕਮਿਸ਼ਨਰ ਸੇ ਮਿਲੇ ਹੈ ਔਰ ਉਨ੍ਹੇ ਆਸ਼ਵਾਸਨ ਦਿਆ ਗਿਆ ਕਿ ਜਲਦ ਹੀ ਉਨਕੀ ਮੰਗੋ ਪਰ ਕਾਰਵਾਈ ਕੀ ਜਾਏਗੀ, ਜਿਸਕੇ ਚਲਤੇ ਉਨਕੀ ਔਰ ਸੇ ADCP ਹਰਪਾਲ ਸਿੰਘ ਕੀ ਡਿਊਟੀ ਵੀ ਲਗਾਈ ਗਈ ਹੈ, ਜੋ ਉਨਕੀ ਮੰਗੋ ਪਰ ਕਾਰਵਾਈ ਕਰਵਾਏਗੀ। ਅੰਮ੍ਰਿਤਸਰ ਸੇ ਹਲਚਲ ਕੇ ਲੀਏ ਸੁਨੀਲ ਖੋਸਲਾ ਕੀ ਰਿਪੋਰਟ। ਦਾਸ ਐਡਵੋਕੇਟ ਗੁਰਦੇਵ ਸਿੰਘ ਵੇਰਕਾ। ਸੋ ਬੜੇ ਹੀ ਦਿਨਾਂ ਤੋਂ ਇੱਕ ਵਿਸ਼ਾ ਚੱਲ ਰਿਹਾ ਸੀ ਵੇਰਕੇ ਦੇ ਵਿੱਚ SHO ਸਾਹਿਬ ਦਾ, ਜੋ ਕਿ SHO ਸਾਹਿਬ ਵੱਲੋਂ ਸਾਡੀਆਂ ਸਾਰੇ ਜਿੰਨੇ ਵੀ ਜਥੇਬੰਦੀਆਂ ਜਾਂ ਕੋਈ ਵੀ ਸਾਡੇ ਆਗੂ ਜਾਂਦੇ ਆ ਉਹਨਾਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ ਅਤੇ ਨਾ ਹੀ ਉਹਨਾਂ ਦਾ ਕੋਈ ਹੱਲ ਕੀਤਾ ਜਾ ਰਿਹਾ ਆ। ਸਾਡੇ ਮੁਖਤਾਰ ਜੀ ਆ ਜਿਨ੍ਹਾਂ ਦੀ ਬੇਟੀ 12 ਸਾਲ ਤੋਂ ਉਹਨਾਂ ਦੀ ਬੇਟੀ ਆਪਣੇ ਹੁਣ ਘਰ ਆ ਚੁੱਕੀ ਆ ਅਤੇ ਉਹਦਾ ਕੇਸ ਮਾਨਯੋਗ ਅਦਾਲਤ ਦੇ ਵਿੱਚ ਲੱਗਾ। ਉਹਨਾਂ ਨੇ ਜਿਹੜੇ ਉਹਨਾਂ ਦੇ ਘਰ ਵਾਲੇ ਸੀ ਉਹਨਾਂ ਦੇ ਘਰ ਆਣ ਕੇ ਪਏ ਅਤੇ ਫਿਰ ਵੀ ਉਹਨਾਂ ਉੱਤੇ ਕੋਈ ਕਾਰਵਾਈ ਨਹੀਂ, ਅਜੇ ਤੱਕ ਕੋਈ CP ਸਾਹਿਬ ਨੂੰ ਉਹਨਾਂ ਨੇ ਦਰਖਾਸਤ ਦਿੱਤੀ ਆ ਅਤੇ ਸਾਡੇ ਮਾਨਯੋਗ SHO ਸਾਹਿਬ ਅਜੇ ਤੱਕ ਕੋਈ ਕਾਰਵਾਈ ਨਹੀਂ ਕਰ ਰਹੇ। ਇਹ ਦਰਖਾਸਤ 15 ਦਿਨ ਤੋਂ SHO ਸਾਹਿਬ ਕੋ CP ਸਾਹਿਬ ਵੱਲੋਂ ਆ ਚੁੱਕੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸ੍ਰੀ 108 ਸਤਿਗੁਰੂ ਹਰੀਨਾਥ ਮਹਾਰਾਜ ਕੀ ਜੈ।
ਹਾਜ਼ਰਾ ਹਜ਼ੂਰ ਗੱਦੀ ਤੇ ਬਿਰਾਜਮਾਨ ਸਤਿਗੁਰੂ ਮਲਕੀਤਨਾਥ ਮਹਾਰਾਜ ਕੀ ਜੈ ਭੀਮ ਜੈ ਸਰਦਾਰ ਦਾਸ ਪੰਕਜਨਾਥ ਸ਼ੇਰਗਿੱਲ ਔਰ ਨਾਲ ਸਾਡੇ ਸਾਥੀ ਨੌਜਵਾਨ ਆਗੂ ਕਰਨ ਵੇਰਕਾ ਜੀ ਜਿਹੜੇ ਕਿ ਥਾਣੇ ਵੇਰਕੇ ਦੇ ਵਿੱਚ ਮੁਕੱਦਮੇ ਦਰਜ ਹੋਏ ਸੀ ਉਹਨਾਂ ਸੰਬੰਧੀ ਮਾਨਯੋਗ ਡੀ ਸੀ ਪੀ ਸਾਹਿਬ ਨੂੰ ਮਿਲਿਆ ਗਿਆ ਮਸਲਿਆਂ ਦੇ ਤਹਿਤ ਔਰ ਕੁਝ ਜੋ ਉੱਥੋਂ ਦੇ SHO ਵੱਲੋਂ ਕੋਈ ਵੀਡੀਓ ਵੀ ਵਾਇਰਲ ਹੋਈ ਹੈ ਨਸ਼ੇ ਦੇ ਖਿਲਾਫ ਨਸ਼ਾ ਤਸਕਰਾਂ ਨੂੰ ਜੋ ਕੁਝ ਛੱਡਿਆ ਗਿਆ ਵਾ ਉਹਦੇ ਸੰਬੰਧ ਵਿੱਚ ਡੀ ਸੀ ਪੀ ਸਾਹਿਬ ਨੂੰ ਮਿਲੇ ਆ ਔਰ ਉਹਨਾਂ ਵਿਸ਼ਵਾਸ ਦਵਾਇਆ ਵਾ ਕਿ ਜਿਹੜੇ ਮੁਕੱਦਮੇ ਹੋਏ ਉਹਨਾਂ ਵਿੱਚ ਦੋਸ਼ੀਆਂ 'ਤੇ ਕਾਰਵਾਈ ਵੀ ਹੋਊਗੀ ਅਤੇ ਔਰ ਜਿਹੜੇ ਉਹ ਵੀਡੀਓ ਆਪਣਾ ਛੱਡੇ ਗਏ ਦੋਸ਼ੀ ਨਸ਼ਾ ਤਸਕਰ ਉਹਨਾਂ ਦੀ ਵੀ ਕਹਿੰਦੇ ਜਾਂਚ ਕੀਤੀ ਜਾਊਗੀ ਕੋਈ ਟਾਈਮ ਟੂਮ ਦੱਸਿਆ ਗਿਆ ਕਿਉਂਕਿ ਕਾਫੀ ਦੇਰ ਹੋ ਗਿਆ ਗ੍ਰਿਫਤਾਰੀ ਨਹੀਂ ਹੋਈ ਨਹੀਂ ਟਾਈਮ ਦੱਸਿਆ ਗਿਆ ਉਹਨਾਂ ਇਹਦੇ ਸੰਬੰਧੀ ਜਿਹੜੀ ਡਿਊਟੀ ਆ ਇਹ DCP ਹਰਪਾਲ ਸਿੰਘ ਜੀ ਨੂੰ ਉਹਨਾਂ ਕਿਹਾ ਉਹਨਾਂ ਫੋਨ ਕੀਤਾ ਅਤੇ ਕਹਿੰਦੇ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੀ ਡਿਊਟੀ ਲਗਾਈ ਪਹਿਲੋ ਕੇਸ ਸੀਗਾ SHO ਸੀਗੇ ਉਹਨਾਂ ਨੂੰ ਬਹਾਦਰੀ ਦਾ ਪੁਰਸਕਾਰ ਵੀ ਦਿੱਤਾ ਗਿਆ ਪਿਛਲੇ ਦਿਨ ਕੀ ਲੱਗਦਾ ਕਿ ਉਹ ਕਾਹਦੀ ਗੱਲੋਂ ਨਹੀਂ ਕਰਦੇ ਇਹ ਤਾਂ ਜੀ ਉਹ ਇਹ ਤਾਂ ਹੁਣ ਵੱਡੇ ਅਫਸਰਾਂ ਨੂੰ ਮਿਲੇ ਆ ਉਹਨਾਂ ਬਾਰੇ ਅਸੀਂ ਦੱਸ ਚੁੱਕੇ ਹਾਂ ਇਹ ਤਾਂ ਹੁਣ ਉਹੀ ਐਕਸ਼ਨ ਲੈਣਗੇ ਵੀ ਕੀ ਹੁੰਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਨੇਤ੍ਰਿਤਵ ਮੇਂ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਗਏ ਕਾਰਜਕ੍ਰਮ ਆਪਕੀ ਸਰਕਾਰ ਆਪਕੇ ਦਵਾਰ ਕੇ ਤਹਿਤ ਫਿਰੋਜ਼ਪੁਰ ਸ਼ਹਿਰ ਕੇ ਵਾਰਡ ਨੰਬਰ 32 ਭੱਟੀਆਂ ਵਾਲੀ ਬਸਤੀ ਮੇਂ ਜਨ ਸੁਵਿਧਾ ਸ਼ਿਵਰ ਕਾ ਆਯੋਜਨ ਕੀਆ ਗਿਆ ਜਿਸ ਮੇਂ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਬੁੱਲਰ ਔਰ ਉਪਾਯੁਕਤ ਰਾਜੇਸ਼ ਧੀਮਾਨ ਵਿਸ਼ੇਸ਼ ਰੂਪ ਸੇ ਪਹੁੰਚੇ ਵ ਲੋਕੋ ਕੀ ਸਮੱਸਿਆਏ ਸੁਣੀ ਇਸ ਦੌਰਾਨ ਉਨ੍ਹਾਂ ਸੰਬੰਧਿਤ ਵਿਭਾਗੋ ਕੇ ਅਧਿਕਾਰੀਓ ਕੋ ਸਮੱਸਿਆ ਕੇ ਸਮਾਧਾਨ ਕੇ ਨਿਰਦੇਸ਼ ਵੀ ਦੀਏ ਇਸ ਅਵਸਰ ਪਰ ਵਿਧਾਇਕ ਰਣਬੀਰ ਸਿੰਘ ਬੁੱਲਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੇ ਨੇਤ੍ਰਿਤਵ ਵਾਲੀ ਸਰਕਾਰ ਲੋਕੋ ਕੋ ਆਪਣੀ ਸੇਵਾਏ ਔਰ ਸਰਕਾਰੀ ਸੇਵਾਏ ਪ੍ਰਦਾਨ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਪਾਰਦਰਸ਼ੀ ਪ੍ਰਸ਼ਾਸਨ ਦੇਣ ਕੇ ਲਈ ਹਰ ਸੰਭਵ ਪ੍ਰਯਾਸ ਕਰ ਰਹੀ ਹੈ ਔਰ ਸਭੀ ਵਿਭਾਗੋ ਕੋ ਲੋਕੋ ਕੋ ਬਿਹਤਰ ਤਰੀਕੇ ਸੇ ਸਰਕਾਰੀ ਸੇਵਾਏ ਉਪਲਬਧ ਕਰਵਾਉਣ ਕੇ ਨਿਰਦੇਸ਼ ਦਿਏ ਗਏ ਹੈ ਇਸ ਲਈ ਵਾਰਡ ਨੰਬਰ 32 ਮੇਂ ਸਭੀ ਵਿਭਾਗੋ ਨੇ ਏਕ ਹੀ ਜਗ੍ਹਾ ਪਰ ਕਾਊਂਟਰ ਲਗਾ ਕਰ ਲੋਕੋ ਕੋ ਸੇਵਾਓਂ ਕਾ ਲਾਭ ਦਿਆ ਵੇ ਲੋਕੋ ਕੋ ਆਪਣੀ ਸ਼ਿਕਾਇਤੋਂ ਕੇ ਸਮਾਧਾਨ ਕੇ ਲੀਏ ਇਸ ਸ਼ਿਵਿਰ ਕਾ ਲਾਭ ਉਠਾ ਸਕਦੇ ਹੈ ਫਿਰੋਜ਼ਪੁਰ ਸੇ ਹਲਚਲ ਕੇ ਲਈ ਮਨਜੀਤ ਸਿੰਘ ਕੀ ਰਿਪੋਰਟ ਅੱਜ ਵਾਰਡ ਨੰਬਰ 32 ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਜ਼ਿਲ੍ਹਾ ਪੱਧਰੀ ਪ੍ਰਸ਼ਾਸਨਿਕ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਡਿਪਟੀ ਕਮਿਸ਼ਨਰ ਸਮੇਤ ਸਾਰੇ ਆਫੀਸਰ ਅੱਡ ਅੱਡ ਮਹਿਕਮਿਆਂ ਦੇ ਇੱਥੇ ਮੌਜੂਦ ਨੇ ਔਰ ਵੱਧ ਤੋਂ ਵੱਧ ਲੋਕ ਇਸ ਕੈਂਪ ਦਾ ਲਾਭ ਉਠਾ ਰਹੇ ਨੇ ਔਰ ਇਸ ਲਈ ਮੈਂ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿੰਨੇ ਵੀ ਅਧਿਕਾਰੀ ਆਏ ਆ ਇਸ ਕੈਂਪ ਦੇ ਵਿੱਚ ਜਿਹੜੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਔਰ ਜਿੰਨੇ ਪ੍ਰੈਸ ਵਾਲੇ ਮੇਰੇ ਵੀਰ ਆਏ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹ ਸਾਰੇ ਲੋਕਾਂ ਦੇ ਮੁੱਦਿਆਂ ਨੂੰ ਉਠਾਉਂਦੇ ਆ ਔਰ ਅਸੀਂ ਲੋਕਾਂ ਦੇ ਮੁੱਦਿਆਂ ਨੂੰ ਹੱਲ ਕਰ ਰਹੇ ਹਾਂ ਲੋਕਾਂ ਦੀ ਸਰਕਾਰ ਆ ਸੋ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੰਧ ਆ ਕੇ ਪੰਜਾਬ ਦੇ ਲੋਕਾਂ ਦੀ ਇੱਕ ਇੱਕ ਜਿਹੜੀ ਸਮੱਸਿਆ ਉਹਨੂੰ ਹੱਲ ਕਰਨ ਲਈ ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਤੁਹਾਡਾ ਧੰਨਵਾਦ ਕਰਦਾ ਜਲੰਧਰ ਨਗਰ ਨਿਗਮ ਕੇ ਕਰਮਚਾਰੀਓ ਨੇ ਨਗਰ ਨਿਗਮ ਕਮਿਸ਼ਨਰ ਕਾਰਿਆਲਯ ਕੇ ਬਾਹਰ ਜ਼ੋਰਦਾਰ ਧਰਨਾ ਔਰ ਰੋਸ ਪ੍ਰਦਰਸ਼ਨ ਕੀਆ ਤੋ ਵਹੀਂ ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਕਿ ਕਮਿਸ਼ਨਰ ਕਾਰਿਆਲਯ ਦੁਆਰਾ ਹਾਲ ਹੀ ਮੇਂ ਅਫਸਰੋਂ ਕੇ ਲੀਏ ਜਾਰੀ ਕੀਏ ਗਏ ਨਏ ਆਦੇਸ਼ੋਂ ਕੇ ਕਾਰਨ ਕਰਮਚਾਰੀਓ ਕੇ ਅਧਿਕਾਰੋਂ ਕੋ ਹਨਨ ਹੋ ਰਹਾ ਹੈ ਜਿਸੇ ਲੇਕਰ ਵੀ ਨਾਰਾਜ਼ ਹੈ ਇਸ ਦੌਰਾਨ ਧਰਨੇ ਪਰ ਬੈਠੇ ਕਰਮਚਾਰੀਓ ਨੇ ਸਪਸ਼ਟ ਰੂਪ ਸੇ ਕਿਹਾ ਕਿ ਅਗਰ ਉਨਕੀ ਮੰਗੇ ਪੂਰੀ ਨਹੀਂ ਕੀ ਗਈ ਤੋ ਉਨਕਾ ਯੇ ਵਿਰੋਧ ਅਨਿਸ਼ਚਿਤ ਕਾਲ ਤੱਕ ਜਾਰੀ ਰਹੇਗਾ
उन्होंने नगर निगम कमिश्नर के रवैये पर भी सवाल उठाए और मांग की कि आदेशों को तुरंत वापस लिया जाए। वहीं कर्मचारियों ने कहा कि वे अपने अधिकारों की सुरक्षा के लिए इस लड़ाई को आखिरी दम तक जारी रखेंगे। जालंधर से हलचल के लिए कैमरामैन रजनीश शर्मा की रिपोर्ट। ਧਰਨਾ ਲਗਾ ਗਿਆ ਇਹਦੇ ਬਾਰੇ ਦੱਸ ਦਿਓ। ਧਰਨਾ ਇਹ ਮਾਣਯੋਗ ਕਮਿਸ਼ਨਰ ਜੀ ਵੱਲੋਂ ਇਹ ਕਾਰਡ ਕੱਢੇ ਗਏ ਉਹਦੇ ਵਿੱਚ ਸਾਰੇ ਆਫਿਸਰ ਜਿਹੜੇ ਵੱਖ ਵੱਖ ਬ੍ਰਾਂਚਾਂ ਦੇ ਆ ਉਹਨਾਂ ਨੂੰ ਸਫਾਈ ਦੇ ਪ੍ਰਬੰਧਨ ਵਿੱਚ ਲਾ ਦਿੱਤਾ ਗਿਆ। ਅਸੀਂ ਕੱਲ੍ਹ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੰਗ ਪੱਤਰ 'ਤੇ ਬੇਨਤੀ ਕੀਤੀ ਹੈ ਵੀ ਜਿਨ੍ਹਾਂ ਅਫਸਰਾਂ ਨੂੰ ਤਜਰਬਾ ਨੀਗਾ ਉਹਨਾਂ ਨੂੰ ਸਫਾਈ ਵਿੱਚ ਨਾ ਲਾਇਆ ਜਾਵੇ। ਜਿੱਥੇ ਕਾਰਪੋਰੇਸ਼ਨ ਦੀਆਂ ਬਾਕੀ ਬ੍ਰਾਂਚਾਂ ਸਫ਼ਰ ਕਰਨਗੀਆਂ ਉਹਦੇ ਨਾਲ ਤਾਂ ਸਫਾਈ ਦਾ ਕੰਮ ਵੀ ਸਫ਼ਰ ਹੋਏਗਾ। ਬਿਹਤਰ ਇਹ ਹੋਏਗਾ ਕਿ ਜਿਹੜੀ ਬ੍ਰਾਂਚ ਹੈਲਥ ਬ੍ਰਾਂਚ ਇਸ ਕੰਮ ਨੂੰ ਕਰ ਰਹੀ ਹੈ ਉਸ ਬ੍ਰਾਂਚ ਨੂੰ ਹੀ ਹੋਰ ਤਗੜਾ ਕੀਤਾ ਜਾਵੇ, ਉਹਨੂੰ ਮੈਨ ਪਾਵਰ ਦਿੱਤੀ ਜਾਵੇ, ਉਹਨੂੰ ਮਸ਼ੀਨਰੀ ਦਿੱਤੀ ਜਾਵੇ ਤਾਂ ਕਿ ਉਹ ਕੰਮ ਬਹੁਤ ਵਧੀਆ ਕਰ ਰਹੇ ਨੇ, ਪਹਿਲਾਂ ਵੀ ਹੋਰ ਐਫੀਸ਼ੀਐਂਟ ਨਾ ਕਰ ਸਕਦੇ। ਸਰ ਇਹ ਤੁਹਾਡੀ ਮੰਗਾਂ ਵਾ, ਅਗਰ ਨਹੀਂ ਮੰਨੀਆਂ ਜਾਂਦੀਆਂ ਉਸ ਤੋਂ ਬਾਅਦ ਅਗਾਂਹ ਕਰਨੇ ਤਾਂ ਬੈਠੇ ਹਾਂ, ਸਾਡੀ ਮਜਬੂਰੀ ਹੈ। ਅਸੀਂ ਚਾਹੁੰਦੇ ਆਰਡਰ ਵਿਡਰਾ ਹੋਣ, ਬ੍ਰਾਂਚਾਂ ਵਾਈਜ਼ ਜੋ ਕੰਮ ਚੱਲਦਾ ਹੈ ਉਸ ਹਿਸਾਬ ਨਾਲ ਕੰਮ ਕੀਤਾ ਜਾਵੇ। ਰੂਹਾਨੀਅਤ ਕਾ ਕੇਂਦਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਜਹਾਂ ਬੜੀ ਸੰਖਿਆ ਮੇਂ ਸੰਗਤੀ ਮਾਥਾ ਟੇਕਨੇ ਕੇ ਲੀਏ ਪਹੁੰਚਤੀ ਹੈ ਤੋ ਵਹੀਂ ਓਲੰਪਿਕ ਪਹਿਲਵਾਨ ਵਿਨੇਸ਼ ਫੋਗਾਟ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਮੇਂ ਮਾਥਾ ਟੇਕਨੇ ਕੇ ਲੀਏ ਪਹੁੰਚੀ। ਇਸ ਦੌਰਾਨ ਉਨ੍ਹੋਂਨੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਮੇਂ ਮਾਥਾ ਟੇਕ ਗੁਰੂ ਘਰ ਕਾ ਆਸ਼ੀਰਵਾਦ ਪ੍ਰਾਪਤ ਕੀਆ ਤੋ ਵਹੀਂ ਗੁਰਬਾਣੀ ਕਾ ਸ਼ਰਵਨ ਵੀ ਕੀਆ ਔਰ ਸਰਬਤ ਕੇ ਭਲੇ ਕੀ ਅਰਦਾਸ ਕੀ। ਇਸ ਦੌਰਾਨ ਦਰਬਾਰ ਸਾਹਿਬ ਕੇ ਸੂਚਨਾ ਕੇਂਦਰ ਨੇ ਵਿਨੇਸ਼ ਫੋਗਾਟ ਕੋ SGPC की ओर से सम्मानित किया तो वहीं तख्त श्री दमदमा साहिब के जथेदार सिंह साहिब ज्ञानी हरप्रीत सिंह की ओर से उन्हें सम्मानित किया गया। इस अवसर पर पत्रकारों से बातचीत करते हुए उन्होंने कहा कि उनके मन का सपना था कि वे सचखंड श्री दरबार साहिब में जाकर माथा टेकें, आज उनका ये सपना पूरा हुआ है। तो वहीं तख्त श्री दमदमा साहिब के जथेदार सिंह साहिब ज्ञानी हरप्रीत सिंह ने कहा कि विनेश फोगाट ने भारत का नाम रोशन किया है, इसलिए उन्हें सम्मानित किया जा रहा है। अमृतसर से हलचल के लिए सुनील खोसला की रिपोर्ट। देखो जब से मैं थोड़ी बड़ी हुई समझ में आई दुनिया का, तो मेरा सपना बहुत बड़ा सपना था एक कि वाहे गुरु मुझे बुलाए, मुझे अपना आशीर्वाद बख्शे, मुझे ताकत हिम्मत दे, आज आके यहाँ पे बहुत अच्छा लग रहा है, बहुत पॉजिटिव एक फील हो रहा है मुझे। बस परमात्मा से वाहे गुरु से बस ये आशीर्वाद लेने आई हूँ कि मेरे को ताकत और हिम्मत बख्शे, मैं जो भी जिंदगी में करना चाहूँ या हमारे आस पास के जितने भी हमारे अपने हैं वो सब स्वस्थ रहे, वाहेगुरु उन पे कृपा बनाए रखे, हमारा देश सुरक्षित रहे, हमारा देश उन्नति करता रहे, बस वाहेगुरु से यही। जिस तरह से देशवासियों ने प्यार दिया उसके बारे में क्या है? बाबा का आशीर्वाद है, सब उनकी मेहरबानी है, मैं तो बस उनकी एक नेक बंदी मानती हूँ अपने आप को, और उन्होंने मुझे हिम्मत ताकत बख्शी है और आगे भी ऐसे बख्शते रहे, एक सही दिशा में हम एक मानवता के लिए काम करते रहे, बस ये आशीर्वाद। आगे के लिए विनेश फोगाट का क्या टारगेट है? लास्ट क्वेश्चन है जी, आगे के लिए क्या टारगेट है? दरबार साहब आई है, सचखंड श्री हरिमंदर साहब श्री दरबार साहब जी ने दर्शन दरारे किए हैं और साडा फर्ज सीगा कि ये बच्ची पूरे भारत का माण है, तो श्री दरबार साहब वालों इहदा मान सम्मान किया गया और जथेबंदियों ने भी इहदा मान सम्मान किया और ये सम्मान दे योग है हक। बस वो कुछ ना बस एक ही सवाल है कि देशवासियों की कामना है इस बार जरूर मेडल तो कीजिए, अगली बार गोल्ड मेडल देश की झोली हूँ भी जेतू है ਹੁਣ ਕਿਹੜਾ ਹਾਰ ਕੇ ਆਈਏ, ਜਿੱਤ ਕੇ ਆਈਏ, ਹਮੇਸ਼ਾ ਜਿੱਤੇਗੀ। ਮੀਟਿੰਗ ਹੋ ਰਹੀ ਹੈ ਔਰ
ਪੰਥਕ ਮਰਿਆਦਾ ਔਰ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਫੈਸਲੇ ਲਏ ਜਾਂਦੇ ਰਹੇ ਔਰ ਲਏ ਜਾਂਦੇ ਰਹਿਣਗੇ। ਗੁੱਗਾ ਪੀਰ ਵੈਲਫੇਅਰ ਸੋਸਾਇਟੀ ਚੌਂਕ ਅੱਡਾ ਹੁਸ਼ਿਆਰਪੁਰ ਫਾਟਕ ਜਲੰਧਰ ਕੀ ਔਰ ਸੇ 14ਵੀਂ ਜ਼ਰੂਰਤਮੰਦ ਗਰੀਬ ਲੜਕੀਓਂ ਕੇ ਸਮੂਹਿਕ ਵਿਵਾਹ ਸਮਾਰੋਹ ਕਾ ਆਯੋਜਨ ਅੱਡਾ ਹੁਸ਼ਿਆਰਪੁਰ ਫਾਟਕ ਕੇ ਨਜ਼ਦੀਕ ਕੀਆ ਗਿਆ, ਜਿਸਮੇਂ ਸੋਸਾਇਟੀ ਕੀ ਤਰਫ ਸੇ 11 ਜ਼ਰੂਰਤਮੰਦ ਲੜਕੀਓਂ ਕੇ ਵਿਵਾਹ ਕਰਵਾਈ ਗਈ। ਇਸ ਅਵਸਰ ਪਰ ਦੈਨਿਕ ਸਵੇਰਾ ਕੇ ਮੁੱਖ ਸੰਪਾਦਕ ਸ਼ੀਤਲ ਵਿੱਚ ਵਿਧਾਇਕ ਬਾਬਾ ਹੈਨਰੀ, ਪੂਰਵ CPS KD ਭੰਡਾਰੀ, ਪੂਰਵ ਵਿਧਾਇਕ ਰਜਿੰਦਰ ਬੇਰੀ, ਸਮਾਲ ਸਕੇਲ ਇੰਡਸਟਰੀ ਕੇ ਵਾਈਸ ਚੇਅਰਮੈਨ ਦਿਨੇਸ਼ ਢਲ, ਆਪ ਨੇਤਾ ਅਮਿਤ ਢਲ, ਸਮਾਜ ਸੇਵਿਕਾ ਜੋਤੀ ਚੱਡਾ, ਪਿਊਸ਼ ਚੱਡਾ ਨੇ ਵਿਸ਼ੇਸ਼ ਰੂਪ ਸੇ ਉਪਸਥਿਤ ਹੋਕਰ ਨਵ ਵਿਵਾਹਿਤ ਜੋੜੋਂ ਕੋ ਆਸ਼ੀਰਵਾਦ ਦਿਆ। ਇਸ ਮੌਕੇ ਪਰ ਗੁਰਦੁਆਰਾ ਦੁਆਬਾ ਸਿੰਘ ਸਭਾ ਕੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਸਮਾਜ ਸੇਵਕ ਸੰਦੀਪ ਲੱਕੀ, ਸਾਰਥਕ ਸ਼ਰਮਾ, ਪਵਨ ਭੱਲਾ, ਪ੍ਰਧਾਨ ਪ੍ਰਦਿਉਮਨ ਸਿੰਘ, ਕੋਸ਼ਾਧਿਅਕਸ਼ ਰਾਜੇਸ਼ ਕੋਹਲੀ, ਮਧੂਕਰ ਸ਼ਰਮਾ, ਸਤੀਸ਼ ਗੁਪਤਾ, ਅਨਿਲ ਸ਼ੁਕਲਾ, ਪ੍ਰਧਾਨ ਰਜਿੰਦਰ ਪਾਲ ਵਰਮਾ, ਮਹਾਂਸਚਿਵ ਮੱਖਣ ਸਿੰਘ ਸਹਿਤ ਸ਼ਹਿਰ ਕੇ ਰਾਜਨੀਤਿਕ, ਧਾਰਮਿਕ ਤਥਾ ਸਮਾਜਿਕ ਵਰਗ ਸੇ ਜੁੜੇ ਲੋਕਾਂ ਨੂੰ ਪਹੁੰਚ ਕਰ ਨਵ ਵਿਵਾਹਿਤੋਂ ਕੋ ਆਸ਼ੀਰਵਾਦ ਦਿਆ। ਜਲੰਧਰ ਸੇ ਹਲਚਲ ਕੇ ਜੀ ਕੈਮਰਾਮੈਨ ਸੁਦੇਸ਼ ਭਗਤ ਕੀ ਰਿਪੋਰਟ। ਦੈਨਿਕ ਸਵੇਰਾ ਦੇ ਮੁੱਖ ਸੰਪਾਦਕ ਸ੍ਰੀ ਸ਼ੀਤਲ ਬਾਜੀ ਵੀ ਸਾਡੇ ਕੋਲ ਪੁੱਜੇ ਹਨ। ਅਸੀਂ ਸੁਸਾਇਟੀ ਵੱਲੋਂ ਸ਼ੀਤਲ ਬਾਜੀ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਜਿਹੜੇ ਜੋੜੇ ਪਿੱਛੇ ਰਹਿ ਗਏ ਹਨ ਉਹ ਜਲਦੀ ਆ ਜਾਣ ਤਾਂ ਕਿ ਅਸੀਂ ਅਗਲਾ ਪ੍ਰੋਗਰਾਮ ਵੀ ਸਾਰਾ ਇੱਕ ਨਿਬੇੜ ਸਕੀਏ। ਉਹ ਤੁਹਾਨੂੰ ਪਤਾ ਹੈ ਵੀ ਮੌਸਮ ਵੀ ਖਰਾਬ ਹੋ ਸਕਦਾ ਕਿਸੇ ਵਕਤ, ਅਤੇ ਜਿਹੜੇ ਬਾਕੀ ਤਿੰਨ ਜੋੜੇ ਰਹਿੰਦੇ ਹਨ ਉਹ ਵੀ ਜਲਦੀ ਸਟੇਜ ਦੀ ਆਉਂਦੀ ਕਿਰਪਾਲਤਾ ਕਰਾਂ। ਇਸ ਤੋਂ ਬਾਅਦ ਬੱਚੀਆਂ ਨੂੰ ਆਸ਼ੀਰਵਾਦ ਦੇਣਗੇ,
ਸ੍ਰੀ ਸੁਖਦੇਵ ਜੀ ਸਾਰਿਆਂ ਨੂੰ ਜਿਹੜੇ ਨਿਸ਼ਪਕਸ਼ ਸੇਵਾ ਕਰਦੇ ਨੇ ਇਸ ਇਲਾਕੇ ਦੀ ਔਰ ਮੱਖਣ ਸਿੰਘ ਜੀ ਸਾਡੇ ਬਹੁਤ ਹੀ ਪਿਆਰੇ ਛੋਟੇ ਭਰਾ ਵਾਰਕ ਸ਼ਾਹ ਕੰਪਨੀ ਵਾਲੇ ਸਾਡੇ ਹੈਪੀ ਬ੍ਰਦਰਸ ਵਿੱਕੀ ਜੀ ਔਰ ਉਹਨਾਂ ਦੇ ਨਾਲ ਸਾਰੇ ਉਹਨਾਂ ਦੇ ਜਿੰਨੇ ਵੀ ਸਾਥੀ ਅਜੇ ਜਿਹੜਾ ਪਿੰਡ ਦਾ ਕੰਮ ਕਰ ਰਹੇ ਨੇ ਵੀ ਬੱਚਿਆਂ ਦੀ ਸ਼ਾਦੀਆਂ ਦਾ ਪੂਰਾ ਇੰਤਜ਼ਾਮ ਸਾਜੋ ਸਮਾਨ ਦੇ ਨਾਲ ਮਿਹਨਤ ਨਾਲ ਇਹ ਸਾਰੀ ਟੀਮ ਦਿਨ ਰਾਤ ਇੱਕ ਕਰਕੇ ਇਸ ਇੱਥੇ ਵੱਡੇ ਆਯੋਜਨ ਨੂੰ ਕਰ ਪਾਉਂਦੇ ਨੇ ਕਿਉਂਕਿ ਇਹਦੇ ਪਿੱਛੇ ਜਨੋਕਤਾ ਆਯੋਜਨ 'ਤੇ ਆ ਕੇ ਦੇਖਦੇ ਹਾਂ ਪਰ ਇਹਦੇ ਪਿੱਛੇ ਬਣਾ ਤਾ ਸਾਰੀ ਟੀਮ ਦਾ ਹੈਪੀ ਬ੍ਰਦਰ ਸਾਡੇ ਭਰਾ ਦੋਨੋਂ ਮੱਖਣ ਸਿੰਘ ਜੀ ਦੀਸ਼ਾ ਜੀ ਔਰ ਉਹਨਾਂ ਦੇ ਸਾਰੇ ਸਾਥੀ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਔਰ ਮਹਾਰਾਜ ਅੱਗੇ ਅਰਦਾਸ ਕਰਦਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀ ਔਰ ਇਸੇ ਤਰ੍ਹਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਅਗਲੇ ਸਾਲ 21 ਜੋੜਿਆਂ ਦਾ ਅਸੀਂ ਕਰਾਂਗੇ ਉਹਨਾਂ ਦੀ ਸ਼ਾਦੀ ਦਾ ਪੂਰੀ ਇੰਤਜ਼ਾਮ ਕਰਾਂਗੇ ਤਾਂ ਮਹਾਰਾਜ ਅੱਗੇ ਅਰਦਾਸ ਕਰਦਾ ਇਹਨਾਂ ਨੂੰ ਸ਼ਕਤੀ ਦੇ ਅੱਜ 14ਵਾਂ ਪ੍ਰੋਗਰਾਮ ਇਹਨਾਂ ਦਾ ਚੱਲ ਰਿਹਾ ਇਸੇ ਤਰ੍ਹਾਂ 15ਵੇਂ 21ਵਾਂ ਸ਼ਾਦੀ ਦਾ ਇੱਕ ਬਹੁਤ ਵੱਡਾ ਬੁਰਾਲਾ ਹੋਵੇਗਾ ਮੈਂ ਪਰਮਾਤਮਾ ਨੂੰ ਬੇਨਤੀ ਕਰਦਾ ਕਿ ਇਹਨਾਂ ਨੂੰ ਸ਼ਕਤੀ ਦੇਣਾ ਉਹਨਾਂ ਨੂੰ ਚੜ੍ਹਦੀ ਕਲਾ ਰੱਖਣਾ ਇਹਨਾਂ ਦੇ ਪਰਿਵਾਰਾਂ ਨੂੰ ਵੀ ਚੜ੍ਹਦੀ ਕਲਾ ਦੇਖਣਾ ਇਹਨਾਂ ਦੇ ਸਿਰ 'ਤੇ ਮਿਹਰ ਬਣਿਆ ਜੈ ਮਾਤਾ ਜੀ ਜੈ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕਰਵਾਉਂਦੇ ਹਾਂ ਇਹ ਸਾਡਾ 14ਵਾਂ ਪ੍ਰੋਗਰਾਮ ਹੈ ਪਹਿਲਾਂ 13 ਸਾਲਾਂ 'ਚ ਪਿੱਛੇ 24 ਲੜਕੀਆਂ ਦੇ ਅਸੀਂ ਵਿਆਹ ਕਰਵਾਏ ਹਨ ਅੱਜ ਵੀ ਇੱਥੇ 11 ਜੋੜਿਆਂ ਦੇ ਅਸੀਂ ਵਿਆਹ ਕਰਵਾਉਣੇ ਹਨ ਔਰ ਜਿੰਨਾ ਆਸ਼ੀਰਵਾਦ ਸਾਡੀ ਸੁਸਾਇਟੀ ਨੂੰ ਸ਼੍ਰੀ ਸੀਤਲ ਵਿੱਚ ਬਹੁਤ ਜੀ ਵੱਲੋਂ ਮਿਲਦਾ ਹੈ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਉਹ ਅੱਜ ਵੀ ਇਹ ਉਚੇਚੇ ਤੌਰ 'ਤੇ ਇਸ ਬੱਚੇ ਨੂੰ ਆਸ਼ੀਰਵਾਦ ਦੇਣ ਆਏ ਹਨ ਸੁਸਾਇਟੀ ਵੱਲੋਂ ਤਹਿ ਦਿਲੋਂ ਧੰਨਵਾਦ ਅਤੇ ਜੀ ਆਇਆਂ ਅੱਜ ਗੁੱਗਾ ਪੀਰ ਵੈਲਫੇਅਰ ਸੁਸਾਇਟੀ ਵੱਲੋਂ ਹੋਰ ਜਿਹੜੇ ਹਰ ਸਾਲ ਸਮੂਹਿਕ ਵਿਆਹ ਹੁੰਦੇ ਆ ਆਯੋਜਨ ਇੱਥੇ ਕੀਤਾ ਗਿਆ ਵਾ ਮੈਂ ਪ੍ਰਧਾਨ ਸਾਹਿਬ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਹੀ ਵਧਾਈ ਦਿੰਦਾ ਵਾ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਵਿਆਹ ਕਰਾਉਂਦੇ ਆ ਔਰ ਉਹਨਾਂ ਨੂੰ ਪੂਰਾ ਦਹੇਜ ਦਾ ਸਮਾਨ ਵੀ ਪ੍ਰੋਵਾਈਡ ਕਰਦੇ ਆ ਇਹ ਟੀਮ ਬਹੁਤ ਹੀ ਨੇਕ ਇਮਾਨਦਾਰ ਲੋਕਾਂ ਦੀ ਟੀਮ ਹੈ ਜਿਹੜੇ ਆਪਣੀ ਮਿਹਨਤ ਦੀ ਕਮਾਈ ਦੇ ਵਿੱਚੋਂ ਇਹ ਬੱਚੀਆਂ ਦੇ ਵਿਆਹ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਕੰਨਿਆਂ ਦਾ ਜਨਮ ਹੋਣਾ ਕਿਸੇ ਗਰੀਬ ਘਰ ਦੇ ਵਿੱਚ ਬਹੁਤ ਹੀ ਵੱਡੀ ਗੱਲ ਹੁੰਦੀ ਹੈ ਲੇਕਿਨ ਇਹ ਜਿਹੜੀ ਟੀਮ ਹੈ ਸਾਡੀ ਇਹ ਸੁਸਾਇਟੀ ਹੈ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਦੇ ਪ੍ਰਤੀ ਬੜੇ ਭਾਵਨਾ ਹੈ ਔਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਮਿਸ਼ਨ ਲੈ ਕੇ ਇਹ ਟੀਮ ਕੰਮ ਕਰ ਰਹੀ ਹੈ ਮੈਂ ਦੀਸ਼ਾ ਪ੍ਰਧਾਨ ਜੀ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਹੈਪੀ ਜੀ ਨੂੰ ਬਿੱਟੂ ਜੀ ਨੂੰ ਇਹਨਾਂ ਦੀ ਪੂਰੀ ਟੀਮ ਨੂੰ ਬਹੁਤ ਹੀ ਵਧਾਈ ਦਿੰਦਾ ਮੈਂ ਔਰ ਮਹਾਮਾਈ ਅੱਗੇ ਅਰਦਾਸ ਕਰੂੰਗਾ ਕਿ ਟੀਮ ਇਸੇ ਤਰੀਕੇ ਨਾਲ ਧਰਮ ਔਰ ਸਮਾਜ ਦੀ ਸੇਵਾ ਕਰਦੀ ਰਹੇ ਸਾਡੇ ਪੰਜਾਬ ਦਾ ਹੋਰ ਨਾਂ ਵਧੀਆ ਸਾਡੇ ਸ਼ਹਿਰ ਦਾ ਨਾਂ ਇਹ ਟੀਮ ਬੁਲੰਦੀਆਂ 'ਤੇ ਪਹੁੰਚਾਵੇ ਐਸੀ ਮਹਾਮਾਈ ਕੇ ਮੈਂ ਪ੍ਰਾਰਥਨਾ ਕਰਦਾ ਮੈਂ ਇੱਕ ਵਾਰੀ ਫਿਰ ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ ਔਰ ਜਿਹਨਾਂ ਬੱਚੀਆਂ ਦਾ ਅੱਜ ਵਿਆਹ ਹੋ ਰਹੇ ਆ ਉਹਨਾਂ ਦਾ ਜੀਵਨ ਚੰਗਾ ਆਪਣੇ ਪਰਿਵਾਰ ਦੇ ਵਿੱਚ ਰਹੇ ਐਸੀ ਈਸ਼ਵਰ ਅੱਗੇ ਮੈਂ ਪ੍ਰਾਰਥਨਾ ਕਰਦਾ ਫਿਰ ਰਾਮ ਪਿਆਰੀ ਜੀ ਵੱਲੋਂ ਵੀ ਸਾਡੀ ਬੜੀ ਵੱਡੀ ਮਾਇਆ ਸਾਡੀ ਸਾਰੀ ਟੀਮ ਨੇ ਪ੍ਰਧਾਨ ਸਾਹਿਬ ਪ੍ਰਦੁਮਨ ਜੀ ਸਾਡੀ ਰਾਜੂ ਜੀ ਸਾਰੀ ਟੀਮ ਨੇ ਦਿੱਤੀ ਹੈ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ
इंडियन इंस्टीट्यूट ऑफ फाउंड्री मैन के चंडीगढ़ चैप्टर जालंधर के एक निजी होटल में संगठन का 75वां राष्ट्रीय फाउंड्री दिवस मनाया। ये समारोह संगठन के चंडीगढ़ चैप्टर के चेयरमैन बलराम कपूर की अध्यक्षता में आयोजित हुआ, जिसमें जाने माने उद्योगपति और दैनिक सवेरा के मुख्य संपादक शीतल विज बतौर मुख्य अतिथि, जबकि एचआर इंटरनेशनल के एमडी सुदर्शन शर्मा बतौर गेस्ट ऑफ ऑनर शामिल हुई। इस महत्वपूर्ण सभा की शुरुआत मुख्य मेहमान शीतल विज, चेयरमैन बलराम कपूर, सुदर्शन शर्मा, सचिव संजीव जुनेजा, कोषाध्यक्ष मनीष कुवात्रा, पूर्व चेयरमैन कम मेंटोर विनय लूथरा, पूर्व चेयरमैन सीएफ प्रनेसर, संगठन के एडवाइजर कम फोकल पॉइंट एक्सटेंशन एसोसिएशन के प्रधान नरेंद्र सग्गू, जामा के वाइस चेयरमैन अजय सिक्का, सीफी के पंजाब चेयरमैन नीरज चोपड़ा, उद्योग नगर मैन्युफैक्चर एसोसिएशन गदईपुर के प्रधान तजेंद्र भसीन, एवीएन मैन्युफैक्चर के डायरेक्टर नितिन कपूर की ओर से ज्योति प्रज्वलित की गई, जिसके बाद मंच संचालक और संगठन के सचिव संजीव जुनेजा ने मुख्य मेहमान शीतल विज, उद्योग जगत के भीष्म पितामह के नाम से मशहूर सुदर्शन शर्मा और बलराम कपूर की उपलब्धियों के लंबे समय पर प्रकाश डाला गया। इसके साथ ही उन्होंने चंडीगढ़ चैप्टर के चेयरमैन बलराम कपूर की ओर से उनके कार्यकाल में संगठन को बुलंदियों तक पहुंचाने और इस चैप्टर को राष्ट्रीय स्तर पर नई पहचान दिलाने में डाले गए अभूतपूर्व योगदान का जिक्र भी किया। इस दौरान सभी सदस्यों और उद्योगपतियों को सम्मानित किया गया। इस मौके पर संगठन के सभी सदस्यों ने मुख्य मेहमानों की उपस्थिति में केक काटकर 75वें राष्ट्रीय फाउंड्री दिवस का जश्न भी मनाया। जालंधर से हलचल के लिए कैमरामैन सुदेश भगत की रिपोर्ट। अगर मैं बयान करना चाहूंगा तो शब्द कम पड़ जाएंगे, शख्सियत इतनी बड़ी है ये। शीतल विजी ने अपना फैमिली बिजनेस सन 1978 में शुरू किया। उनके पिता श्री बसंत प्रकाश जी इंडियन हॉजरी वर्क्स के नाम से इंडस्ट्रियल एरिया में एक यूनिट चलाते थे। बड़ा छोटा सा यूनिट था, जहाँ से ये एक बहुत बड़े मुकाम पे पहुंचे हैं। इस यूनिट में वो स्पोर्ट्स वेयर और जैकेट्स बनाने का काम करते हैं, सन फ्लैग जैकेट्स। मुझे लगता है कि हम अपने बचपन में हम सबने पहनी हुई है जैकेट्स। इसी यूनिट में इन्होंने ब्लैंकेट्स बनाने का कारोबार शुरू किया और इस ब्लैंकेट्स को एक्सपोर्ट करने का भी कारोबार शुरू किया। फोकल पॉइंट में 1993 में इन्होंने अपना एक यूनिट लगाया शीतल एक्सपोर्ट्स और शीतल फाइबर्स के नाम से, और इसी यूनिट में इन्होंने कोरियन कंपनी के साथ कलेबरेशन की, जो एक टर्निंग पॉइंट था इनकी लाइफ में, इनकी इंडस्ट्री के, इनके लाइफ में, इनके बिजनेस में। जो कोरियन कंपनी थी वो एक एक्सपर्ट थी इन द बिजनेस ऑफ फाइबर बेस्ड ब्लैंकेट्स। मीडिया में भी इन्होंने फिर अपनी एंट्री शुरू करी केबल न्यूज नेटवर्क में, और 2011 में इन्होंने दैनिक सवेरा नाम से न्यूज़पेपर लॉन्च किया। और आज की डेट में दैनिक सवेरा मिलियंस ऑफ पीपल की एक पहली पसंद बना हुआ है। बहुत सारी मुश्किलें आई एक न्यूज़पेपर को शुरू करना, खड़ा करना और इसको एस्टेब्लिश करना और इतने लोगों की पसंद को बनाना, और रिसेंटली इन्होंने इंग्लिश में भी इस न्यूज़पेपर को लॉन्च किया है। मैं समझता हूँ कि बहुत 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 बड़े बधाई के पात्र हैं, क्योंकि इंग्लिश लैंग्वेज में न्यूज़पेपर को चलाना, शुरू करना और उसको एक अच्छे मुकाम पर लेके जाना एक बहुत बड़ी अचीवमेंट है। एक बिग राउंड ऑफ अप्लॉज वंस अगेन फॉर शीतल विज। पंजाब ओनरशिप में एक ही इंग्लिश न्यूज़पेपर है जो शीतल विज चला रहे हैं। मैं दोबारा से कहूंगा कि शब्द कम पड़ेंगे, बट
एक कुछ कविता के माध्यम से मैं बयान करना चाहूंगा इनकी जर्नी को। चलना शुरू कीजिए, चलना शुरू कीजिए, काफिले खुद बन जाएंगे। चलना शुरू कीजिए, काफिले खुद बन जाएंगे, वो क्या पाएंगे मंजिल जो खड़े रह जाएंगे। वो चंडीगढ़ के उसके सेंटर पे वहीं से परचेज करके लाया था, बड़ा एग्जीबिशन में आए थे, तो बिल्कुल इतना मोटिवेशन हो रहा कि ये मशीन तो अब जापान से आई है, ये वापस नहीं जानी है। सो इट वाज द बेस्ट ओकेजन, और विनय जी को सलाम करते हैं कि इतना अच्छा इन्होंने अरेंजमेंट किया था। अभी तक लोग याद करते हैं कि कहते दोबारा चंडीगढ़ में होना चाहिए, पर वो दिल्ली वाले मानते नहीं है। वो दिल्ली के बड़े बड़े एग्जीबिशन हॉल है तो वही उनको पसंद है, वहाँ पे होटल भी अच्छे हैं और एयरपोर्ट भी है, तो उनको चंडीगढ़ में लाने के लिए काफी एफर्ट करने पड़ेंगे। 75th फाउंडेशन डे थे, इंडियन इंस्टीट्यूट ऑफ कॉन्ट्रीब्यूशन थे, बड़ी मान महसूस हो रहा है कि जलंधर दे इंडस्ट्री दे विशेष पितामा साढ़े को स्टेज पे मौजूद है। शीतल वीर जी, सुशील शर्मा जी, प्रधान कपूर जी, सरदार इंडस्ट्री सत्तू जी, ये साढ़े इंडस्ट्री दे जलंधर दे थंब ने, पिलर ने जलंधर शहर दे। जलंधर दे विच जैसे इंडस्ट्री दा नाम लईए ते इहनां तों बिना जलंधर दी इंडस्ट्री नहीं है कि कुछ। बड़ी खुशी की गल है, बड़ा मान महसूस हो रहा है। मित्रा जी, रघुपाल चेयरमैन हो रहे, संजीव जनेजा जी साडे चंडीगढ़ चैप्टर के प्रेजिडेंट, मनीष पात्रा जी स्टेज ते मौजूद थे, ते जदों भी ये साडे चंडीगढ़ चैप्टर दी जदों सुनाम जी ने द्वारा चेयरमैनशिप संभाली है, संजीव जनेजा जी, पात्रा जी, उन्होंने सारी टीम बहुत ही वधिया काम कर रही है। जलंधर दी इंडस्ट्री, कास्टिंग इंडस्ट्री वास्ते ਜਿਹੜੀ ਜਿਹੜੀ ਚੀਜ਼ਾਂ ਦੀ ਲੋੜ ਹੈ, ਜਿੱਦਾਂ ਬਹੁਤ ਜਿੱਦਾਂ ਸੰਜੀਵ ਜਨੇਜਾ ਨੇ ਅੱਗੇ ਦੱਸਿਆ ਕਿ ਨਵੀਂ ਨਵੀਂ ਮਸ਼ੀਨਰੀ, ਨਵੀਂ ਟੈਕਨੋਲੋਜੀ, ਜਲੰਧਰ ਦੀ ਇੰਡਸਟਰੀ ਦੀ ਨੀਡ ਆਫ ਡੇ ਹੈ, ਅੱਜ ਦੀ ਜ਼ਰੂਰਤ ਹੈ। ਜਿੱਦਾਂ ਬਲਰਾਮ ਜੀ ਨੇ ਦੱਸਿਆ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਇੰਡੀਅਨ ਇੰਸਟੀਚਿਊਟ ਆਫ ਫਾਉਂਡੇਸ਼ਨ ਦੀ ਐਗਜੀਬਿਸ਼ਨ ਲੱਗੀ ਅਤੇ ਸੈਂਟਰ ਦੀ ਜਿਹੜੀ ਬਲਰਾਮ ਜੀ ਨੇ ਗੱਲ ਕੀਤੀ ਹੈ ਕਿ ਮਸ਼ੀਨ ਉੱਥੋਂ ਐਗਜੀਬਿਸ਼ਨ ਤੋਂ ਹੀ ਪਰਚੇਸ ਕਰਕੇ ਲਏ ਅਤੇ ਅੱਜ ਵੀ ਇਹਨਾਂ ਦੀ ਫੈਕਟਰੀ ਵਿੱਚ ਉਹ ਮਸ਼ੀਨ ਚੱਲ ਰਹੀ ਹੈ 2011 ਦੇ ਵਿੱਚ, ਅਤੇ ਉਸ ਤੋਂ ਬਾਅਦ ਚੰਡੀਗੜ੍ਹ ਵਿੱਚ ਦੁਆਰਾ ਹੋਈ ਨਹੀਂ ਐਗਜੀਬਿਸ਼ਨ। ਅਤੇ ਮੈਂ ਇਹੀ ਕਰਾਂਗਾ, ਗੁਲਾਮ ਜੀ ਨੂੰ ਸਾਰੀ ਟੀਮ ਨੂੰ ਰਿਕੁਐਸਟ ਕਰਾਂਗਾ ਅਤੇ ਸ਼ੀਤਲ ਵੀਰ ਜੀ ਨੂੰ ਵੀ ਕਹਾਂਗਾ ਕਿ ਜਿਹੜਾ ਸਾਡਾ ਇੰਸਟੀਚਿਊਟ ਹੈ ਜਿਹੜਾ ਯੂਨੀਵਰਸਿਟੀ, ਅਤੇ ਇਹਦਾ ਮਤਲਬ ਥੋੜ੍ਹਾ ਤੁਹਾਡੀ ਤਾਂ ਅਖਬਾਰ ਵੀ ਸਾਡੇ ਜ਼ਿਲ੍ਹਾ 'ਚ ਵਸੀ ਹੋਈ ਹੈ, ਸਾਰੇ ਪੜ੍ਹਦੇ ਨੇ, ਅਤੇ ਤਾਂ ਕਿ ਇਹਦਾ ਥੋੜ੍ਹਾ ਪ੍ਰਚਾਰ ਵੀ ਹੋਵੇ ਅਤੇ ਜਲੰਧਰ ਦੀ ਇੰਡਸਟਰੀ ਨੂੰ ਨਵੀਂ ਨਵੀਂ ਮਸ਼ੀਨਰੀ, ਨਵੀਂ ਨਵੀਂ ਟੈਕਨੋਲੋਜੀ ਬਾਰੇ ਪਤਾ ਲੱਗੇ, ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਹੈ ਉਹ ਇਹੀ ਹੈ ਜੀ। ਅਸੀਂ ਏਅਰਪੋਰਟ ਦਾ ਬੜਾ ਅਸੀਂ ਰਿਕੁਐਸਟ ਕੀਤੀ ਹੈ ਵੀ ਗੁਲਾਮ ਜੀ ਨੇ ਬੜੀ ਟੀਮ ਬਣਾਈ, ਉਹਨਾਂ ਨੇ ਏਅਰਪੋਰਟ ਜੇ ਆਦਮਪੁਰ ਏਅਰਪੋਰਟ ਤੋਂ ਫਲਾਈ ਹੋਰ ਜ਼ਿਆਦਾ ਸ਼ੁਰੂ ਹੋ ਜਾਣ। ਹਾਂਜੀ ਹਾਂਜੀ, ਇਹਨਾਂ ਦੇ ਸਾਰੇ ਇਹਨਾਂ ਦੇ ਮੈਂ ਬਾਕੀ ਜੀ ਬੜਾ ਮਾਣ ਮਹਿਸੂਸ ਕਰਦਾ ਜਦੋਂ ਵੀ ਇੱਥੇ ਅਸੀਂ ਮੀਟਿੰਗ ਦੇ ਵਿੱਚ ਆਉਂਦੇ ਹਾਂ, ਬੜਾ ਸਾਰੇ ਆਦਰ ਕਰਦੇ ਜੀ, ਸਾਰਿਆਂ ਦਾ ਬਹੁਤ ਬਹੁਤ ਇੱਥੇ ਵੈਲਕਮ ਹੈ ਜੀ, ਅਤੇ ਮੈਂ ਸਾਰਿਆਂ ਵੱਲੋਂ ਸਾਰਿਆਂ ਦੇ ਧਿਆਨ 'ਤੇ। अमृतसर में ऑल इंडिया एंटी टेररिस्ट फ्रंट अमृतसर इकाई की ओर से पंजाब के पूर्व मुख्यमंत्री स्वर्गीय बेअंत सिंह का बलिदान दिवस संबंधी श्रद्धांजलि समारोह का आयोजन संगठन के मकबूल रोड स्थित कार्यालय में किया गया।
ਇਸ ਅਵਸਰ ਪਰ ਆਤੰਕਵਾਦ ਵਿਰੋਧੀ ਸੰਗਠਨ ਪੰਜਾਬ ਕੇ ਜਨਰਲ ਸਚਿਵ ਪਵਨ ਸੈਨੀ ਮੁੱਖ ਮਹਿਮਾਨ ਕੇ ਰੂਪ ਮੇਂ ਪਹੁੰਚੇ। ਇਸ ਦੌਰਾਨ ਸੰਗਠਨ ਕੇ ਸਭੀ ਸਦਸਯੋਂ ਵ ਪਦਾਧਿਕਾਰੀਓਂ ਨੇ ਸਵਰਗੀ ਬੇਅੰਤ ਸਿੰਘ ਜੀ ਕੀ ਤਸਵੀਰ ਪਰ ਫੂਲ ਮਾਲਾਏ ਪਹਿਨਾ ਕਰ ਉਨ੍ਹੇ ਸ਼ਰਧਾਂਜਲੀ ਭੇਂਟ ਕੀ ਔਰ ਬੇਅੰਤ ਸਿੰਘ ਅਮਰ ਰਹੇ ਕੇ ਨਾਰੇ ਲਗਾਏ। ਇਸ ਮੌਕੇ ਪਰ ਪਵਨ ਸੈਨੀ ਨੇ ਕਿਹਾ ਕਿ ਸਵਰਗੀ ਬੇਅੰਤ ਸਿੰਘ ਜੀ ਨੇ ਪੜ੍ਹਾਈ ਪੂਰੀ ਕਰਨ ਕੇ ਬਾਅਦ ਫੌਜ ਵਿੱਚ ਸੇਵਾ ਨਿਭਾਈ, ਜਿਸ ਕੇ ਬਾਅਦ ਗਾਓਂ ਕੇ ਸਰਪੰਚ ਸੇ ਲੇਕਰ ਪੰਜਾਬ ਕੇ ਮੁੱਖ ਮੰਤਰੀ ਤੱਕ ਬਣੇ। ਉਨ੍ਹੇ ਉਸ ਸਮੇਂ ਪੰਜਾਬ ਕੀ ਬਾਗਡੋਰ ਸੰਭਾਲੀ ਜਬ ਆਤੰਕਵਾਦ ਕੀ ਆਂਧੀ ਚੱਲ ਰਹੀ ਥੀ। ਬੇਕਸੂਰ ਲੋਗੋ ਔਰ ਸੁਰੱਖਿਆ ਕਰਮਚਾਰੀਓਂ ਕੋ ਆਤੰਕਵਾਦੀਓਂ ਦੁਆਰਾ ਮਾਰਾ ਜਾ ਰਿਹਾ ਥਾ। ਉਸ ਸਮੇਂ ਲੋਗੋ ਕੀ ਸੁਰੱਖਿਆ ਕੇ ਲਈ ਮਨਿੰਦਰਜੀਤ ਸਿੰਘ ਬਿੱਟਾ, ਪੰਜਾਬ ਕੇ DGP KPS ਗਿੱਲ ਔਰ ਸਭੀ ਰਾਜਨੀਤਿਕ ਪਾਰਟੀਓਂ ਕੇ ਸਾਥ ਮਿਲਕਰ ਉਨ੍ਹੇ ਪੰਜਾਬ ਕੇ ਅੰਦਰ ਅਮਨ ਸ਼ਾਂਤੀ ਬਹਾਲ ਕੀ। ਲੇਕਿਨ ਵਿਦੇਸ਼ੀ ਤਾਕਤੋਂ ਕੋ ਯੇ ਬਾਤ ਹਜ਼ਮ ਨਹੀਂ ਹੋ ਰਹੀ ਥੀ, ਜਿਸਕੇ ਚਲਤੇ ਆਤੰਕਵਾਦੀਓਂ ਦੁਆਰਾ 31 ਅਗਸਤ 1995 ਕੋ ਮਾਨਵ ਬੰਬ ਧਮਾਕੇ ਕੇ ਸਾਥ ਉਨਕੀ ਹੱਤਿਆ ਕੀ ਗਈ ਥੀ। ਉਨਕੀ ਕੁਰਬਾਨੀ ਕੋ ਭੁਲਾਇਆ ਨਹੀਂ ਜਾ ਸਕਦਾ। ਅੰਮ੍ਰਿਤਸਰ ਸੇ ਹਲਚਲ ਕਰੀ ਸੁਨੀਲ ਖੋਸਰਾ ਕੀ ਰਿਪੋਰਟ। ਅਸੀਂ ਪੰਜਾਬ ਵਾਸੀ ਹਮੇਸ਼ਾ ਹੀ ਜੋ ਉਹਨਾਂ ਦੇ ਰਿਣੀ ਰਵਾਂਗੇ, ਸਰਦਾਰ ਮੁੱਖ ਮੰਤਰੀ ਬੇਅੰਤ ਸਿੰਘ ਹੋਰਾਂ ਨੇ ਜੋ ਉਹਨਾਂ ਨੇ ਕੁਰਬਾਨੀ ਹਿੰਦੂ ਸਿੱਖ ਭਾਈਚਾਰੇ ਵਾਸਤੇ, ਦੇਸ਼ ਦਰੋਹੀ ਤਾਕਤਾਂ ਨੂੰ ਦਾਸ ਅੱਤਵਾਦ ਦੇ ਤੌਰ 'ਤੇ ਜੋ ਉਹਨਾਂ ਨੇ ਸਾਡੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਭਾਈਚਾਰੇ ਦਾ ਕਤਲੋ ਗੈਰਤ ਕੀਤੀ, ਬੇਗੁਨਾਹ ਲੋਕ ਮਰ ਗਏ, ਅੱਜ ਉਹੀ ਬੇਅੰਤ ਸਿੰਘ ਹੋਰਾਂ ਨੂੰ ਚਾਹੇ ਬੇਅੰਤ ਸਿੰਘ ਹੋਰਾਂ ਦੇ ਨਾਲ ਉਹ ਸਾਰੀ ਸਿਆਸੀ ਪਾਰਟੀਆਂ BJP CPI CPM ਦੇ ਸਹਿਯੋਗ ਦੇ ਨਾਲ ਅੱਤਵਾਦ ਨੂੰ ਠੰਡ ਪਾਈ ਸੀ। ਔਰ ਅੱਜ ਸਾਡੇ ਦੇਸ਼ ਦੇ ਵਿੱਚ ਜੋ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚ ਪਾਕਿਸਤਾਨ ਧਕੇਲਣਾ ਚਾਹੁੰਦਾ ਹੈ, ਉਹਨੂੰ ਪਾਕਿਸਤਾਨ ਨੂੰ ਅਸੀਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਔਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋ ਮੰਗ ਕਰਾਂਗੇ। ਇਹਨਾਂ ਤੋਂ ਜਿੰਨਾ ਚਿਰ ਪਾਕਿਸਤਾਨ ਕੋ ਨਜਾਤ ਨਹੀਂ ਮਿਲਦੀ, ਸਾਡਾ ਨੌਜਵਾਨ ਨਹੀਂ ਬਚਣਾ, ਕਿਉਂਕਿ ਅੱਤਵਾਦ ਦੇ ਤੌਰ 'ਤੇ ਸਾਡੇ ਪੰਜਾਬ ਦੇ ਵਿੱਚ ਬਹੁਤ ਹੀ ਨੌਜਵਾਨਾਂ ਦੇ ਸਾਡੇ ਕਤਲ ਹੋਏ ਨੇ। ਔਰ ਜੋ ਪਾਕਿਸਤਾਨ ਉਹਦੇ ਪਿੱਛੇ ਹੈ, ਸਰੇਆਮ ਸਾਨੂੰ ਪਤਾ ਹੈ ਕਿ ਪਾਕਿਸਤਾਨ ਨੌਜਵਾਨ ਪੀੜ੍ਹੀ ਨੂੰ ਸਾਡੀ ਨੂੰ ਬਰਬਾਦ ਕਰਦਾ ਪਿਆ। ਇਹ ਹੁਣ ਟਾਈਮ ਆ ਗਿਆ ਸੀ ਪ੍ਰਧਾਨ ਮੰਤਰੀ ਸਾਹਿਬ ਔਰ ਮੁੱਖ ਮੰਤਰੀ ਕੋ ਪਾਕਿਸਤਾਨ ਦੇ ਉੱਤੇ ਕੜੀ ਕਾਰਵਾਈ ਕੀਤੀ ਗਈ ਕਿ ਪੰਜਾਬ ਦਾ ਨੌਜਵਾਨ ਬਚਾਇਆ ਜਾਵੇ। ਜੈ ਹਿੰਦ, ਜੈ ਭਾਰਤ। ਔਰ ਆਪ ਅੰਤ ਮੇਂ ਹਲਚਲ ਕੀ ਗਤੀਵਿਧੀਆਂ ਪਰ ਇੱਕ ਨਜ਼ਰ ਫਿਰ ਸੇ। ਅੰਮ੍ਰਿਤਸਰ ਕੇ ਗਾਓਂ ਜਹਾਂਗੀਰ ਮੇਂ ਇੱਕ ਨਿਹੰਗ ਸਿੰਘ ਨੇ ਇੱਕ ਨੌਜਵਾਨ ਕਾ ਕੀਆ ਕਤਲ, ਪੁਰਾਣੀ ਰੰਜਿਸ਼ ਕੇ ਚਲਤੇ ਗਤ ਰਾਤਰੀ ਇਸ ਵਾਰਦਾਤ ਕੋ ਦਿਆ ਅੰਜਾਮ। ਤਰਨ ਤਾਰਨ ਪੁਲਿਸ ਨੇ ਨਾਕਾਬੰਦੀ ਕੇ ਦੌਰਾਨ 5 ਲੋਕੋ ਕੋ ਕੀਆ ਗ੍ਰਿਫਤਾਰ, 6 ਪਿਸਤੌਲ, 4,80,000 ਰੁਪਯੋਂ ਕੀ ਨਕਦੀ, ਇੱਕ ਕਾਰ ਔਰ ਇੱਕ ਮੋਟਰਸਾਈਕਲ ਕੀਆ ਬਰਾਮਦ। ਜਲੰਧਰ ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਤਸਕਰੀ ਕਰਨ ਵਾਲੀ ਗਿਰੋਹ ਕਾ ਕੀਆ ਪਰਦਾਫਾਸ਼, 250 ਗ੍ਰਾਮ ਹੈਰੋਇਨ ਸਹਿਤ 4 ਆਰੋਪੀਓਂ ਕੋ ਕੀਆ ਕਾਬੂ। ਇਸਕੇ ਸਾਥ ਹੀ ਅਬ ਤੱਕ ਕੀ ਗਤੀਵਿਧੀਆਂ ਸਮਾਪਤ ਹੋਤੀ ਹੈਂ ਔਰ ਤਾਜ਼ਾ ਜਾਣਕਾਰੀ ਕੇ ਲਈ ਦੇਖਤੇ ਰਹੀਏ ਹਲਚਲ।